ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਯੂਰਪ, UK ਅਤੇ ਦੂਸਰੇ ਦੇਸ਼ਾਂ ਵਿੱਚ ਲੋਟਸ ਟੈਲੀਵਿਜ਼ਨ ਨੂੰ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਵੱਲੋਂ ਸਥਾਪਿਤ ਕੀਤੀ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਜੀ ਦਾ ਸਵਾਗਤ ਹੈ। ਅੱਜ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮਦਿਨ ਮਨਾਇਆ ਗਿਆ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਵੱਲੋਂ ਵੀ ਸਿਤਾਰਾ ਹਾਲ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਪ੍ਰੋਗਰਾਮ ਮਨਾਇਆ ਗਿਆ ਹੈ। ਉਸ ਤੋਂ ਸਿੱਧੇ ਹੀ ਅਸੀਂ ਇੱਥੇ ਸਟੂਡੀਓ ਦੇ ਵਿੱਚ ਆ ਕੇ ਆਪਣਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਕਮੇਟੀ ਦੇ ਬਹੁਤ ਹੀ ਡੈਡੀਕੇਟਡ ਪਰਿਵਾਰ ਮਿਸਟਰ ਸ਼ਾਦੀਲਾਲ ਸੱਲਣ ਅਤੇ ਮਿਸਿਜ਼ ਸੱਤਿਆ ਸੱਲਣ ਜੀ ਦੇ ਪਰਿਵਾਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮਦਿਨ ਦੀ ਖੁਸ਼ੀ ਵਿੱਚ ਕਰਵਾਇਆ ਜਾ ਰਿਹਾ ਹੈ। ਅਸੀਂ ਬੁੱਧ ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਇਸ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦਾ ਜੋ ਵਿਸ਼ਾ ਹੈ ਉਹ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀਆਂ ਲਿਖਤਾਂ ਅਤੇ ਭਾਸ਼ਣਾਂ ਦਾ ਮਹੱਤਵ। ਇਹ ਲਿਖਤਾਂ ਭਾਰਤ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਕ੍ਰਾਂਤੀ ਲਿਆਉਣ ਵਾਸਤੇ ਸਫਲ ਭੂਮਿਕਾ ਨਿਭਾ ਸਕਦੀਆਂ ਹਨ। ਇਸ ਵਿਸ਼ੇ 'ਤੇ ਚਰਚਾ ਕਰਾਂਗੇ। ਇਸ ਦੇ ਵਿੱਚ ਹਿੱਸਾ ਲੈਣ ਲਈ ਮੇਰਾ ਸਾਥ ਦੇ ਰਹੇ ਹਨ ਤੁਹਾਡੇ ਜਾਣੇ ਪਹਿਚਾਣੇ ਤੇਜ਼ ਬੁੱਧੀ ਦੇ ਮਾਲਕ, ਜਿਸ ਨੂੰ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੇਰੀ ਮੁਰਾਦ ਹੈ ਫਕੀਰ ਚੰਦ ਚੌਹਾਨ ਜੀ ਤੋਂ। ਚੌਹਾਨ ਸਾਹਿਬ, ਲੋਟਸ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਨਮੋ ਬੁੱਧ, ਜੈ ਭੀਮ, ਜੈ ਭਾਰਤ। ਚੌਹਾਨ ਸਾਹਿਬ, ਅੱਜ ਦਾ ਵਿਸ਼ਾ ਜੋ ਰੱਖਿਆ ਇਸ ਕਰਕੇ ਰੱਖਿਆ ਕਿ ਬਾਬਾ ਸਾਹਿਬ ਦੀ ਜ਼ਿੰਦਗੀ ਬਾਰੇ ਤਾਂ ਲੋਕਾਂ ਨੂੰ ਬਹੁਤ ਪਤਾ ਲੱਗ ਗਿਆ, ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਕੁਛ ਬਾਬਾ ਸਾਹਿਬ ਨੇ ਸਾਨੂੰ ਲਿਟਰੇਚਰ ਛੱਡ ਕੇ ਗਏ ਹਨ, ਤਕਰੀਬਨ ਉਹਨਾਂ ਨੇ 40 ਸਾਲ ਦੇ ਸਮੇਂ ਦੇ ਦੌਰਾਨ 40 ਕਿਤਾਬਾਂ ਜਿਹੜੀਆਂ ਉਹ ਸਾਨੂੰ ਛੱਡ ਕੇ ਗਏ ਆ, ਔਰ ਉਹ ਜਿਹੜੀਆਂ ਕਿਤਾਬਾਂ ਆ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਦੇ ਉੱਤੇ ਉਹਨਾਂ ਨੇ ਸਾਡੇ ਸਮਾਜ ਨੂੰ ਦੱਸਿਆ। ਇਸ ਕਰਕੇ ਜਿਹੜਾ ਅੱਜ ਦਾ ਵਿਸ਼ਾ ਇਹ ਮੈਂ ਚੁਣਿਆ ਆ, ਇਹਦੇ ਵਿੱਚ ਮੈਂ ਤਰਤੀਬ ਵਾਰ ਜਿਸ ਤਰ੍ਹਾਂ ਪਲਾਨਿੰਗ ਬਣਾਈ ਹੈ ਤੁਹਾਡੇ ਕੋਲੋਂ ਸਵਾਲ ਪੁੱਛਾਂਗਾ, ਔਰ ਤੁਸੀਂ ਉਸ ਦੇ ਹਿਸਾਬ ਦੇ ਨਾਲ ਆਪਣਾ ਜਵਾਬ ਮੈਨੂੰ ਦੇ ਸਕਦੇ ਹੋ। ਮੇਰਾ ਪਹਿਲਾ ਸਵਾਲ ਹੈ, ਭਾਰਤ ਵਿੱਚ ਜਾਤਾਂ ਕਾਸਟ ਨਾਮ ਦੀ ਪੁਸਤਕ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਅੰਬੇਡਕਰ ਜੀ ਨੇ ਇਹ ਖੋਜ ਵਿਸ਼ਾ ਆਪਣੀ PhD ਡਿਗਰੀ ਲਈ ਤਿਆਰ ਕੀਤਾ ਸੀ, ਜੋ ਸੈਮੀਨਾਰ ਵਿੱਚ 9 ਮਈ 1916 ਨੂੰ ਪੜ੍ਹਿਆ ਗਿਆ। ਇਸ ਕਿਤਾਬ ਬਾਰੇ ਚਾਨਣਾ ਪਾਓਗੇ? ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜਾ ਆਪਣਾ ਇਹ PhD ਦੀ ਡਿਗਰੀ ਸੀ ਜੀ, ਉਹਦੇ ਲਈ ਤਾਂ ਇਹ ਵਿਸ਼ਾ ਰੱਖਿਆ ਹੀ ਸੀ ਜੀ, ਕਿਉਂਕਿ ਉਹਨਾਂ ਨੂੰ ਜਿਹੜੀ ਡਿਗਰੀ ਮਿਲੀ ਹੈ ਜੀ ਇਹਨੂੰ ਪ੍ਰਵਾਨ ਕਰਕੇ ਮਿਲੀ ਹੈ ਜੀ।
ਪਰ ਵੱਡੀ ਤਾਂ ਗੱਲ ਆ ਵੀ ਜਿਹੜੇ ਉੱਥੇ ਸਟੂਡੈਂਟ ਸੀਗੇ ਜੀ, ਪ੍ਰੋਫੈਸਰ ਸੀਗੇ ਜੀ, ਬੁੱਧੀਜੀਵੀ ਬਹੁਤ ਸੀਗੇ, ਉਹ ਚਾਹੁੰਦੇ ਸੀਗੇ ਵੀ ਇੱਕ ਸੈਮੀਨਾਰ ਦੇ ਵਿੱਚ ਉਹ ਇਹਦੇ ਬਾਰੇ ਪੜ੍ਹ ਕੇ ਤਾਂ ਉਹ ਦੱਸਣ ਜੀ, ਵੀ ਉਹਨਾਂ ਨੂੰ ਸਵਾਲ ਵੀ ਪੁੱਛੇ ਜਾਣ ਜੀ। ਗੱਲ ਇਹ ਸੀ ਵੀ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਗੁਲਾਮੀ ਆ ਜੀ, ਉਹ ਦੋ ਤਰ੍ਹਾਂ ਦੀ ਜ਼ਿਆਦਾ ਸੀਗੀ ਜੀ। ਇੱਕ ਤਾਂ ਸੀ ਰੰਗ ਅਧਾਰਤ ਜੀ, ਕਿਉਂਕਿ ਉਹ ਰੰਗ ਅਧਾਰਤ ਜਿਹੜੀ ਆ ਉਹਦਾ ਮਤਲਬ ਅਮੈਰੀਕਾ ਦੇ ਵਿੱਚ ਅਬਰਾਹਿਮ ਲਿੰਕਨ ਨੇ ਨਾਸ਼ ਕਰ ਦਿੱਤਾ ਸੀ ਜੀ, ਉਹ ਖਤਮ ਕਰ ਦਿੱਤੀ ਸੀ ਜੀ। ਪਰ ਇਹ ਜਿਹੜੀ ਜਾਤਾਂ ਦੀ ਗੁਲਾਮੀ ਆ ਇਹਦੇ ਬਾਰੇ ਜਾਣੀ ਇੱਦਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਗਈਆਂ ਵੀ ਇਹਨੂੰ ਲੁਕੋ ਕੇ ਰੱਖਿਆ ਜਾਵੇ ਜੀ, ਕਿਉਂਕਿ ਭਾਰਤ ਦੀ ਜਿਹੜੀਆਂ ਜਿਹੜੀਆਂ ਜਾਤਾਂ ਨੇ ਇਹਨੀ ਬਣਾਈ ਸੀ ਇਹ ਜਾਤਾਂ, ਉਹ ਉੱਪਰਲੀ ਜਾਤਾਂ ਦੇ ਲੋਕ ਚਾਹੁੰਦੇ ਸੀ ਵੀ ਇਹ ਰਹੇ ਪਰ ਇਹਦਾ ਬਾਹਰ ਨਾ ਪਤਾ ਲੱਗੇ ਜੀ, ਕਿਉਂਕਿ ਬਾਹਰ ਜਦ ਪਤਾ ਲੱਗਦਾ ਤਾਂ ਫਿਰ ਸਾਰਿਆਂ ਨੂੰ ਪਤਾ ਲੱਗਦਾ ਜੀ। ਪਰ ਉਹ ਜਿਉਂ ਜਿਉਂ ਮਤਲਬ ਇਹ ਮੂਵਮੈਂਟ ਚੱਲੀ ਆ ਤਾਂ ਫਿਰ ਉਹ ਜਾਣੀ ਤਦੇ ਹੀ ਉਹ ਜਿਹੜਾ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਉਨੀ ਇਹਦਾ ਜਿਹੜਾ ਸੀਗਾ ਕਾਸਟ ਇਟਸ ਓਰੀਜਨ ਜੀ ਐਂਡ ਮੈਕਨਿਜ਼ਮ ਜੀ, ਕਿਉਂਕਿ ਇਹ ਆ ਵੀ ਜਾਤ ਕਿੱਦਾਂ ਸ਼ੁਰੂ ਹੋਈ ਹੈ ਜੀ, ਇਹ ਚੱਲਦੀ ਕਿੱਦਾਂ ਆ ਜੀ, ਕਿਉਂਕਿ ਇਹਦੇ ਬਾਰੇ ਦੱਸਣਾ ਜ਼ਰੂਰੀ ਆ ਵੀ ਜਿਹੜੀ ਇਹਦੇ ਵਿੱਚ ਬੰਦੇ ਨੂੰ ਜਦ ਤੱਕ ਕੋਈ ਪਤਾ ਨਹੀਂ ਲੱਗਦਾ ਇਹਦੀ ਜਾਤ ਆ ਜੀ, ਉਹਦਾ ਰੰਗ ਵੀ ਉਹੀ ਹੁੰਦਾ ਜੀ, ਉਹਦੀ ਜ਼ੁਬਾਨ ਵੀ ਉਹੀ ਹੁੰਦੀ ਹੈ ਜੀ, ਪਰ ਉਹ ਜਦ ਫਿਰ ਪਤਾ ਲੱਗਦਾ ਫਿਰ ਵਿਤਕਰਾ ਸ਼ੁਰੂ ਹੁੰਦਾ ਜੀ। ਇਸ ਕਰਕੇ ਜਾਣੀ ਇਹ ਜਾਣਦਾ ਸੀ, ਪਰ ਵੱਡੀ ਤਾਂ ਗੱਲ ਆ ਵੀ ਇਹ ਜਿਹੜੀਆਂ ਇੰਨੀਆਂ ਜਾਤਾਂ ਬਣਦੀਆਂ ਗਈਆਂ ਜੀ, ਕਿੱਦਾਂ ਬਣੀਆਂ, ਜਾਣੀ ਪਹਿਲਾਂ ਵਰਣ ਬਣੇ ਜੀ, ਫਿਰ ਵਰਣਾਂ ਤੋਂ ਇੰਨੀਆਂ ਜਾਤਾਂ ਬਣ ਗਈਆਂ ਔਰ ਲਗਾਤਾਰ ਜਾਣੀ ਉਹ ਇੱਦਾਂ ਮੁਲਕ ਵੀ ਟੁੱਟ ਗਿਆ ਜੀ। ਪਰ ਬੜੀ ਤਾਂ ਗੱਲ ਆ ਵੀ ਉਹ ਜਾਣੀ ਦੋ ਤਾਂ ਦੋ ਜਾਣੀ ਬਣ ਗਿਆ, ਜਿਹੜੇ ਮਾਲਕ ਆ ਜਿਹੜੀ ਉੱਚੀ ਜਾਤ ਆ ਉਹਨਾਂ 'ਚ ਵੀ ਜਾਤਾਂ ਜੀ, ਗੁਲਾਮਾਂ 'ਚ ਵੀ ਜਾਤਾਂ ਜੀ। ਉਹ ਬਾਬਾ ਸਾਹਿਬ ਨੇ ਇਸ ਕਰਕੇ ਇਹਨੂੰ ਮਤਲਬ ਸੈਮੀਨਾਰ ਦੇ ਵਿੱਚ ਸਾਰਾ ਦੱਸਿਆ ਵੀ ਜਿਹੜੇ ਜਿਹੜਾ ਇੰਡੀਆ ਮੁਲਕ ਸੀਗਾ ਇਹਦੇ ਵਿੱਚ ਜਿਹੜੇ ਮੂਲ ਨਿਵਾਸੀ ਆ ਉਹਨਾਂ 'ਚ ਜਾਤਾਂ ਹੈ ਨਹੀਂ ਸੀ ਜੀ, ਇਹ ਜਾਣੀ ਆਰੀਆ ਲੋਕਾਂ ਨੇ ਜਾਣੀ ਰਿਗਵੇਦ ਲਿਖ ਕੇ ਪਹਿਲਾਂ ਵਰਣ ਪੈਦਾ ਕੀਤੇ, ਉਹ ਵਰਣਾਂ ਤੋਂ ਫਿਰ ਜਾਣੀ ਇਹ ਜਾਤਾਂ ਬਣਨੀਆਂ ਗਈਆਂ ਜੀ। ਹਾਂਜੀ, ਅੱਛਾ ਚੌਹਾਨ ਸਾਹਿਬ, ਇੱਥੇ ਮੈਂ ਆਪਣੇ ਸਵਾਲਾਂ ਤੋਂ ਥੋੜ੍ਹਾ ਜਿਹਾ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਗੱਲ ਕਾਸਟ ਦੀ ਚੱਲਦੀ ਆ। ਪਿਛਲੇ ਸਾਲ ਹਾਲੀਵੁੱਡ ਦੀ ਬਹੁਤ ਹੀ ਮਸ਼ਹੂਰ ਡਾਇਰੈਕਟਰ ਅਵਾ ਦੁਵਰਨੇ ਨੇ ਫਿਲਮ ਬਣਾਈ ਹੈ ਓਰੀਜਨ, ਜੋ ਇਜ਼ਾਬੇਲ ਵਿਲਕਰਸਨ ਦੀ ਲਿਖੀ ਕਿਤਾਬ ਕਾਸਟ ਦਾ ਡਿਸਕੰਟੈਂਟ ਆਫ ਅਵਰ ਟਾਈਮਸ 'ਤੇ ਆਧਾਰਿਤ ਹੈ। ਇਸ ਵਿੱਚ ਜਿਊਜ਼, ਕਾਲਿਆਂ ਨਾਲ ਰੰਗ ਨਸਲ ਅਤੇ ਭਾਰਤ ਵਿੱਚ ਦਬੇ ਕੁਚਲੇ ਵਰਗਾਂ ਲਈ ਬਰਾਬਰੀ ਅਤੇ ਨਿਆਂ 'ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੀਵਨ ਅਤੇ ਉਹਨਾਂ ਦੇ ਜਾਤੀ ਵਿਰੋਧੀ ਸੰਘਰਸ਼ ਨੂੰ ਸੰਖੇਪ ਰੂਪ ਦੇ ਵਿੱਚ ਪੇਸ਼ ਕਰਦੀ ਆ। ਵੈਸੇ ਤੁਸੀਂ ਵੀ ਪਿਛਲੇ ਸਾਲ ਆਪਣੇ ਕੋਲ ਇੱਕ ਪ੍ਰੋਫੈਸਰ ਆਏ ਸੀਗੇ, ਗੌਰਵ ਪਠਾਣੀਆ ਜੀ, ਔਰ ਉਹ ਆਪਣੀ ਰਿਸਰਚ ਲਈ ਇੱਥੇ ਇੰਗਲੈਂਡ ਆਏ ਸੀ, ਉਹ ਆਪਣੀ ਰਿਸਰਚ ਦੇ ਵਿੱਚ ਉਹ ਤੁਹਾਡੇ ਕੋਲ ਵੀ ਤੁਹਾਡੇ ਨਾਲ ਵੀ ਇੰਟਰਵਿਊ ਕੀਤੀ। ਮੈਂ ਤਾਂ ਬਹੁਤ ਮਤਲਬ ਖੁਸ਼ਗਵਾਰ ਸੀ ਕਿ 10 ਦਿਨ ਉਹ ਮੇਰੇ ਪਾਸ ਰਹੇ, ਔਰ ਉਹਨਾਂ ਨੇ ਮੇਰੇ ਨਾਲ ਵੀ ਇੰਟਰਵਿਊ ਕੀਤੀ। ਉਹਨਾਂ 10 ਦਿਨਾਂ ਦੇ ਵਿੱਚ ਤਕਰੀਬਨ
35 ਮੈਂਬਰਾਂ ਦੇ ਨਾਲ ਉਹਨਾਂ ਨੇ ਉਹ ਜਿਹੜੀ ਰਿਸਰਚ ਕੀਤੀ ਆ, ਔਰ ਉਹ ਅਗਲੇ ਮਹੀਨੇ ਫਿਰ ਆ ਰਹੇ ਆ ਉਸ ਆਪਣੀ ਰਿਸਰਚ ਨੂੰ ਪੂਰਾ ਕਰਨ ਲਈ। ਉਹਨਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਰੋਲ ਕਰਨ ਦਾ ਚਾਂਸ ਮਿਲਿਆ, ਤਾਂ ਤੁਸੀਂ ਤਾਂ ਇਹ ਫਿਲਮ ਦੇਖੀ ਆ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਇਹ ਫਿਲਮ ਲੱਗ ਚੁੱਕੀ, ਪਰ ਜਦੋਂ ਤੁਸੀਂ ਮੈਨੂੰ ਦੱਸਿਆ ਉਦੋਂ ਸਿਨੇਮੇ 'ਚੋਂ ਹਟ ਚੁੱਕੀ ਸੀ, ਮੈਨੂੰ ਚਾਂਸ ਨਹੀਂ ਮਿਲਿਆ ਉਹਨੂੰ ਦੇਖਣ ਦਾ। ਤੁਸੀਂ ਉਸ ਫਿਲਮ ਦੇ ਵਿੱਚ ਕੀ ਦੇਖਿਆ, ਕਿਉਂਕਿ ਉਹ ਵੀ ਜਿਹੜੀ ਕਾਸਟ ਦੀ ਕਿਤਾਬ ਦੀ ਗੱਲ ਕਰਦੇ ਹਾਂ, ਉਸ ਜਿਹੜੀ ਇਜ਼ਾਬੈਲ ਵਿਲਕਨਸਨ ਆ ਉਹਨੇ ਵੀ ਕਾਸਟ ਦੇ ਉੱਤੇ ਕਿਤਾਬ ਜਿਹੜੀ ਲਿਖੀ ਸੀ ਉਹਦੇ ਆਧਾਰ ਦੇ ਉੱਤੇ ਇਹ ਜਿਹੜੀ ਇਹ ਫਿਲਮ ਬਣੀ ਆ, ਇਹਦੇ ਬਾਰੇ ਤੁਸੀਂ ਕੁਛ ਦੱਸੋ। ਦੇਖੋ, ਇਹ ਜਿਸ ਵੇਲੇ ਉਹ ਪ੍ਰੋਫੈਸਰ ਸਾਹਿਬ ਇੱਥੇ ਮਿਲੇ ਆ ਜੀ, ਉਹਨੇ ਹੋਰ ਗੱਲਾਂ ਕੀਤੀਆਂ ਸੀ, ਉਹਨੇ ਇਹ ਨਹੀਂ ਸੀ ਦੱਸਿਆ ਵੀ ਮੈਂ ਫਿਲਮ ਦੇ ਵਿੱਚ ਵੀ ਇੱਕ ਰੋਲ ਕਰਨਾ। ਉਹ ਤਾਂ ਮੈਨੂੰ ਉਦੋਂ ਤਾਂ ਮੈਨੂੰ ਵੀ ਨਹੀਂ ਸੀ ਪਤਾ, ਮੈਨੂੰ ਪਤਾ ਨਹੀਂ ਸੀ। ਫਿਰ ਉਹ ਬਾਅਦ ਦੇ ਵਿੱਚ ਜਿਸ ਵੇਲੇ ਉਹ ਫਿਲਮ ਬਣ ਕੇ ਅਮਰੀਕਾ ਚੱਲ ਪਈ ਜੀ, ਤਾਂ ਫਿਰ ਪਤਾ ਲੱਗਾ ਸੀ ਜੀ। ਪਰ ਉਹ ਇੱਦਾਂ ਵੀ ਜਦ ਫਿਰ ਉਹ ਮੈਨੂੰ ਪਤਾ ਲੱਗਾ ਵੀ ਉਹ ਫਿਲਮ ਇੱਥੇ ਲੱਗੀ ਆ ਜੀ, ਕਿਉਂਕਿ ਪਹਿਲਾਂ ਤਾਂ ਵੱਡੀ ਗੱਲ ਸੀ ਵੀ ਉਹਦੇ ਫਿਲਮ ਬਾਰੇ ਬਹੁਤ ਰੌਲਾ ਪੈਂਦਾ ਸੀ ਵੀ ਸ਼ਾਇਦ ਉਹ ਇੱਥੇ ਬੈਨ ਹੋ ਜਾਵੇ ਜੀ, ਵੀ ਇੰਡੀਆ 'ਚ ਵੀ ਬੈਨ ਹੋ ਜਾਵੇ ਜੀ। ਪਰ ਉਹ ਜਿਸ ਵੇਲੇ ਉਹ ਫਿਲਮ ਇਸ ਤਰ੍ਹਾਂ ਦੀ ਆ ਵੀ ਉਹ ਜਿਹੜੇ ਤਿੰਨ ਗੁਲਾਮਾਂ ਦੀ ਆ ਸਟੋਰੀ ਜੀ, ਜਿਹੜੇ ਕਾਲੇ ਨੀਗਰੋਸ ਜਿਊਸ, ਇਹ ਜਿਹੜੇ ਮਤਲਬ ਇੰਡੀਆ ਦੇ। ਮੇਰਾ ਆਈਡੀਆ ਵੀ ਇਹੀ ਸੀ, ਤਾਂ ਕਿ ਪਤਾ ਲੱਗੇ ਵੀ ਇਕੱਲੇ ਇੰਡੀਆ ਦੇ ਵਿੱਚ ਹੀ ਗੁਲਾਮ ਨਹੀਂ ਸੀ, ਦੂਸਰੇ ਦੇਸ਼ਾਂ ਦੇ ਵਿੱਚ ਵੀ ਸੀ ਜੀ। ਪਰ ਹੁਣ ਉਹ ਦੇਖੋ ਵੀ ਬੜੀ ਤਾਂ ਗੱਲ ਆ ਵੀ ਜਿਹੜੇ ਜਿਊਸ ਆ ਉਹਨਾਂ ਬਾਰੇ ਤਾਂ ਸਥਿਤੀ ਬਦਲ ਗਈ ਹੈ ਜੀ, ਨੀਗਰੋਸ ਬਾਰੇ ਵੀ ਬਦਲ ਗਈ ਹੈ ਜੀ, ਇਹ ਜਿਹੜੇ ਲੋਕ ਆ ਅਜੇ ਵੀ ਗੁਲਾਮ ਆ ਜੀ। ਉਹ ਪਰ ਉਹ ਬਾਬਾ ਸਾਹਿਬ ਜਿਹੜਾ ਹੈ ਨਾ ਉੱਥੇ ਪੜ੍ਹਿਆ ਸੀਗਾ ਜਿਹੜੀ ਉਹਦੀ ਹੁਣ ਕਿਤਾਬ ਵੀ ਆ ਪਹਿਲੀ ਜੀ, ਕਾਸਟ ਇਸ ਰੀਜ਼ਨ ਐਂਡ ਮੈਕਨਿਜ਼ਮ, ਉਹ ਉਹਨੇ ਜਿਹੜੇ ਪ੍ਰੋਡਿਊਸਰ ਆ ਉਹਨੇ ਉਹ ਲਈ ਆ ਸਟੋਰੀ ਜੀ। ਉਹ ਫਿਰ ਮੈਂ ਫਿਲਮ ਦੇਖੀ ਆ ਜੀ, ਕਿਉਂਕਿ ਇੱਥੇ ਬਰੋਡਵੇ ਪਲਾਜ਼ਾ ਜਾਣੀ ਬਰਮਿੰਗਮ ਦੇ ਵਿੱਚ ਥੀਏਟਰ ਸੀ, ਮੈਨੂੰ ਪਤਾ ਲੱਗਾ ਸੀ, ਤਾਂ ਮੈਂ ਜਾ ਕੇ ਦੇਖੀ ਆ ਜੀ। ਉਹ ਬਹੁਤ ਵਧੀਆ ਫਿਲਮ ਹੈ ਜੀ, ਕਿਉਂਕਿ ਵੱਡੀ ਗੱਲ ਆ ਵੀ ਕਈ ਫਿਲਮਾਂ ਹੁੰਦੀਆਂ ਉਹ ਐਂਟਰਟੇਨਮੈਂਟ ਜੀ, ਇਹ ਹਿਸਟਰੀ ਦੱਸਦੀ ਹੈ ਜੀ ਵੀ ਜਾਣੀ ਕਿਸ ਤਰ੍ਹਾਂ ਡਾਕਟਰ ਅੰਬੇਡਕਰ ਨੇ ਜਾਣੀ ਮਤਲਬ ਇਹਨਾਂ ਲੋਕਾਂ ਦੇ ਵਾਸਤੇ ਜਿਹਨਾਂ ਬਾਰੇ ਕੋਈ ਗੱਲ ਹੀ ਨਹੀਂ ਸੀ ਕਰਦਾ ਜੀ, ਕੋਈ ਗੱਲ ਨਹੀਂ ਸੀ ਕਰਦਾ ਜੀ। ਪਰ ਬੜੀ ਗੱਲ ਆ ਵੀ ਜਦ ਉਹ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਏ ਆ, ਇੱਕ ਤਾਂ ਉਹਨਾਂ ਦਾ ਵਿਸ਼ਾ ਸੀ ਜੀ, ਪਰ ਉਹ ਡਿਗਰੀ PhD ਮਿਲਣ ਤੋਂ ਬਾਅਦ ਹੋਰ ਲੋਕਾਂ ਨੂੰ ਨਹੀਂ ਸੀ ਪਤਾ ਲੱਗਣਾ ਜੀ। ਪਰ ਜਦ ਉਹਨੇ ਕਿਹਾ ਵੀ ਫਿਲਮ ਬਣਾਉਣੀ ਆ, ਹੁਣ ਉਹ ਜ਼ਿਆਦਾ ਚਰਚਿਤ ਹੋ ਗਈ ਜੀ। ਔਰ ਉਹਦੇ ਵਿੱਚ ਇਹੀ ਦੱਸਿਆ ਵੀ ਦੇਖਾ ਕਿੰਨਾ ਡਾਕਟਰ ਅੰਬੇਡਕਰ ਨੇ ਰਿਸਰਚ ਕੀਤੀ ਹੈ ਜੀ, ਉਹਨੇ ਜਾਣੀ ਦੱਸਿਆ ਵੀ ਜਿਹੜਾ ਇਹ ਇੰਨੀ ਵੱਡੀ ਪ੍ਰੋਬਲਮ ਆ ਵੀ ਇੰਡੀਆ ਦੇ ਵਿੱਚ ਜਾਣੀ ਕਾਸਟ ਨੇ ਮੁਲਕ ਦਾ ਨੁਕਸਾਨ ਬਹੁਤ ਕੀਤਾ ਜੀ, ਔਰ ਲੋਕਾਂ ਦੀ ਮਾਨਸਿਕਤਾ ਗੁਲਾਮ ਬਣਾ ਦਿੱਤੀ ਜੀ, ਔਰ ਉਹ ਦੇਸ਼ ਜਾਣੀ ਮਤਲਬ ਕੋਈ ਤਰੱਕੀ ਨਹੀਂ ਕਰ ਰਿਹਾ ਜੀ ਕਾਸਟ ਕਰਕੇ ਜੀ। ਜਾਣੀ ਮੈਂ ਉਹ ਫਿਲਮ ਤੋਂ ਬਹੁਤ ਪ੍ਰਭਾਵਿਤ ਹੋਇਆ। ਥੈਂਕ ਯੂ ਵੈਰੀ ਮੱਚ। ਐਕਚੁਅਲੀ ਮੈਂ ਇਹ ਸਵਾਲ ਤੁਹਾਡੇ ਕੋਲੋਂ ਕਿਉਂ ਪੁੱਛਿਆ, ਕੋਇਨਸੀਡੈਂਟ ਆ ਕਿ ਮੈਂ ਇਹ ਕੁਐਸਚਨ ਬਣਾ ਰਿਹਾ ਸੀ ਤਾਂ ਉਹਨਾਂ ਦਾ ਫੋਨ ਆ ਗਿਆ, ਗੌਰਵ ਜੀ ਦਾ, ਪ੍ਰੋਫੈਸਰ ਗੌਰਵ ਪਠਾਣੀਆ ਜੀ ਦਾ, ਔਰ ਉਹਨਾਂ ਨੇ ਕਿਹਾ ਕਿ ਚੱਲੀ ਸਾਹਿਬ ਮੈਂ ਅਗਲੇ ਮਹੀਨੇ ਫਿਰ ਆ ਰਿਹਾ ਬਈ, 13 ਤੋਂ ਲੈ ਕੇ 18 ਮਈ ਤੱਕ ਮੈਂ ਤੁਹਾਡੇ ਕੋਲ ਆਉਣਾ ਤਾਂ ਬਈ ਉਹ ਆਪਣਾ ਪ੍ਰੋਜੈਕਟ ਪੂਰਾ ਕਰਨਾ। ਤਾਂ ਮੈਂ ਉਹਨਾਂ ਦੇ ਕੋਲ ਇਹ ਕਿਹਾ ਕਿ ਮੈਨੂੰ ਤਾਂ ਪਤਾ ਲੱਗਾ ਇਹ ਫਿਲਮ ਜਿਹੜੀ ਆ ਇੰਗਲੈਂਡ 'ਚ ਲੱਗ ਚੁੱਕੀ ਆ, ਪਰ ਜਦੋਂ ਮੈਨੂੰ ਪਤਾ ਲੱਗਿਆ ਉਦੋਂ ਸਿਨੇਮਿਆਂ 'ਚੋਂ ਲੈ ਚੁੱਕੀ ਸੀ। ਤਾਂ ਉਹਨਾਂ ਨੇ ਮੈਨੂੰ ਦੱਸਿਆ ਜੋ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਫਿਲਮ ਆ
ਇਹ ਓਰੀਜਿਨ ਫਿਲਮ ਦਾ ਨਾਂ ਆ, ਇਹ ਯੂਟਿਊਬ ਔਰ ਐਮਾਜ਼ਨ ਤੇ ਤੁਸੀਂ ਪੇ ਕਰਕੇ ਦੇਖ ਸਕਦੇ ਆ। ਥੋੜੇ ਜਿਹੇ ਪੈਸੇ ਹੁੰਦੇ ਆ, 2-3 ਪਾਉਂਡ ਹੋ ਸਕਦੇ ਆ। ਤੁਸੀਂ ਆਪਣੇ ਘਰ ਵਿੱਚ ਬੈਠ ਕੇ ਯੂਟਿਊਬ ਤੇ ਜਾਂ ਐਮਾਜ਼ਨ ਤੇ ਜਾ ਕੇ ਤੁਸੀਂ ਇਸ ਫਿਲਮ ਨੂੰ ਦੇਖ ਸਕਦੇ ਹੋ। ਇਸ ਕਰਕੇ ਮੈਂ ਇਸ ਸਵਾਲ ਨੂੰ ਵਿੱਚ ਨਾਲ ਜੋੜਿਆ ਸੀ। ਸੋ ਹੁਣ ਆਪਾਂ ਆਪਣੇ ਪਹਿਲੇ ਪ੍ਰੋਗਰਾਮ ਵੱਲ ਆਉਂਦੇ ਹਾਂ। ਮੇਰਾ ਦੂਸਰਾ ਸਵਾਲ ਆ ਕਿ ਜਾਤ ਪਾਤ ਦਾ ਬੀਜ ਨਾਸ, ਇਹ ਭਾਸ਼ਣ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਾਤ ਪਾਤ ਤੋੜਕ ਮੰਡਲ ਲਾਹੌਰ ਦੇ 15 ਮਈ 1936 ਨੂੰ ਸੰਮੇਲਨ ਵਿੱਚ ਦੇਣਾ ਸੀ ਪਰ ਦਿੱਤਾ ਨਹੀਂ ਗਿਆ। ਬਾਅਦ ਵਿੱਚ ਇਹ ਭਾਸ਼ਣ ਪੁਸਤਕ ਦੇ ਰੂਪ ਵਿੱਚ ਛਪਿਆ, ਇਸ 'ਤੇ ਚਾਨਣਾ ਪਾਓਗੇ? ਦੇਖੋ, ਜਾਤ ਦੇ ਵਿਸ਼ੇ 'ਤੇ ਇਹ ਉਹਨਾਂ ਦੀ ਦੂਸਰੀ ਕਿਤਾਬ ਆ ਜੀ, ਕਿਉਂਕਿ ਉਹ ਜਿਹੜਾ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਉਹਨੇ ਪੜ੍ਹਿਆ ਸੀ, ਉਹ ਤਾਂ ਦੱਸਦੀ ਆ ਵੀ ਇਹ ਓਰੀਜਿਨ ਕਿੱਦਾਂ ਹੋਇਆ ਜੀ, ਇਹ ਦੱਸਦੀ ਆ ਵੀ ਇਹਦਾ ਬੀਜ ਨਾਸ਼ ਕਿੱਦਾਂ ਕਰਨਾ ਜੀ, ਕਿਉਂਕਿ ਇਸ ਤਰ੍ਹਾਂ ਸੀ ਵੀ ਉਹ ਜਿਹੜਾ ਜਾਤ ਪਾਤ ਤੋੜਕ ਮੰਡਲ ਬਣਿਆ ਸੀ ਜੀ, ਉਹਦੇ ਵਿੱਚ ਜ਼ਿਆਦਾ ਉੱਚੀ ਜਾਤੀ ਲੋਕ ਸੀ ਜੀ, ਜਾਣੀ ਉਹਨੇ ਉਹ ਬਣਾਇਆ ਸੀ ਤਾਂ, ਪਰ ਉਹ ਆਪਣੇ ਆਪ ਨੂੰ ਮੋਡਰੇਟ ਸ਼ੋਅ ਕਰਦੇ ਸੀ। ਨਹੀਂ ਉਹ ਦੇਖੋ ਉਹ ਕਹਿ ਦੇਖੋ ਨਾਂ ਤਾਂ ਉਹਨੇ ਰੱਖਿਆ ਸੀ ਜਾਤ ਪਾਤ ਤੋੜਕ ਮੰਡਲ, ਤਦ ਹੀ ਮੈਂ ਇਹ ਕਹਿੰਦਾ ਨਾ ਉਹ ਆਪਣੇ ਆਪ ਨੂੰ ਸ਼ੋਅ ਕਰਦੇ ਸੀ ਵੀ ਅਸੀਂ ਮੋਡਰੇਟ ਹਾਂ। ਨਹੀਂ ਪਹਿਲਾਂ ਤਾਂ ਬੜੀ ਗੱਲ, ਜਿਹੜਾ ਬੰਦਾ ਜਾਤ ਪਾਤ ਨੂੰ ਮੰਨਦਾ ਉਹ ਮੋਡਰੇਟ ਹੋ ਹੀ ਨਹੀਂ ਸਕਦਾ, ਕਿਉਂਕਿ ਨਹੀਂ ਜੇਕਰ ਉਹ ਇਸ ਵਿਸ਼ੇ ਦੇ ਉੱਤੇ ਸੰਮੇਲਨ ਰੱਖਦੇ ਆ ਔਰ ਬਾਬਾ ਸਾਹਿਬ ਨੂੰ ਲੈਕਚਰ ਦੇਣ ਲਈ ਸੱਦਦੇ ਆ, ਇਹਦਾ ਮਤਲਬ ਉਹਨਾਂ ਨੇ ਮਾੜਾ ਚਾਹੇ ਇਹ ਛਾਲੇ ਹੀ ਕਿਉਂ ਨਾ ਹੋਵੇ, ਉਹ ਸ਼ੋਅ ਤਾਂ ਕਰਦੇ ਆ ਵੀ ਅਸੀਂ ਇਹ ਸਮਾਜ ਲਈ ਕੁਝ ਕਰਨਾ ਚਾਹੁੰਦੇ। ਜਿਹੜੇ ਬਹੁਤੇ ਸੰਗਠਨ ਬਣਦੇ ਆ ਉਹ ਇਹ ਨਹੀਂ ਦੇਖਦੇ ਵੀ ਇਹਨਾਂ ਨੂੰ ਚਲਾਉਣਾ ਕਿੱਦਾਂ ਜੀ, ਉਹਨੇ ਪਹਿਲਾਂ ਕਈ ਸੰਮੇਲਨ ਕਰ ਲਏ ਸੀ ਜੀ, ਪਹਿਲਾਂ ਉਹਨੇ ਕੀਤੇ ਸੀ ਕਈ ਸੰਮੇਲਨ ਜੀ, ਪਰ ਜਿਹੜਾ ਸੰਤ ਰਾਮ ਉਹਨਾਂ ਦਾ ਮੈਂਬਰ ਸੀਗਾ ਅਤੇ ਉਹਨੇ ਜਾਣੀ ਉਹਨਾਂ ਨੂੰ ਸੁਝਾਅ ਦਿੱਤਾ ਸੀਗਾ ਵੀ ਜੇ ਇਹਦੇ ਵਿਸ਼ੇ 'ਤੇ ਜ਼ਿਆਦਾ ਜਾਣਨਾ ਤਾਂ ਵੀ ਡਾਕਟਰ ਅੰਬੇਡਕਰ ਆ ਜੀ, ਜਾਣੀ ਉਹ ਡਾਕਟਰ ਉਹਨੀ ਉਹਦੇ ਸੰਤ ਰਾਮ ਨੇ ਉਹਨਾਂ ਦੇ ਨਾਲ ਸਲਾਹ ਕਰਕੇ ਕਾਫੀ ਦੇਰ ਪਹਿਲਾਂ ਬਾਬਾ ਸਾਹਿਬ ਨੂੰ ਲੈਟਰ ਲਿਖਿਆ ਸੀ ਜੀ, ਉਸ ਵੇਲੇ ਬਾਬਾ ਸਾਹਿਬ ਉਹਨਾਂ ਬਾਰੇ ਜਾਣਦੇ ਨਹੀਂ ਸੀ ਜੀ, ਸੰਤ ਰਾਮ ਬਾਰੇ ਵੀ ਇੰਨਾ ਪਤਾ ਨਹੀਂ ਸੀ ਜੀ, ਪਰ ਉਹ ਜਿਸ ਵੇਲੇ ਉਹਨੇ ਸੰਤ ਰਾਮ ਨੇ ਕਹਿ ਕੇ ਮਨਾ ਲਿਆ ਤਾਂ ਫਿਰ ਬਾਬਾ ਉਹਨੇ ਦੱਸਿਆ ਵੀ ਮੈਂ ਜਿਹੜਾ ਤਿਆਰ ਕਰਨਾ ਵੀ ਉਹ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ, ਲਾਈਵ ਕਾਲ ਰਹਿਣ ਦੇ ਜੀ, ਉਹ ਇਸ ਕਰਕੇ ਜਾਣੀ ਜਿਸ ਵੇਲੇ ਫਿਰ ਬਾਬਾ ਸਾਹਿਬ ਨੇ ਉਹ ਲਿਖ ਲਿਆ। ਇੱਕ ਮਿੰਟ ਚਲੋ ਠਹਿਰ ਲਓ, ਇੱਕ ਲਾਈਵ ਕਾਲ ਆ, ਕੌਣ ਕਿਹਨਾਂ ਦੀ ਆ? ਹੈਲੋ ਲੋਟਸ ਟੀਵੀ, ਤੁਸੀਂ ਲਾਈਵ ਹੋ, ਕੌਣ ਬੋਲ ਰਿਹਾ ਜੀ? ਹਾਂਜੀ ਸਰ, ਮੈਂ ਬਲਵਿੰਦਰ ਬੈਰਗਮ ਤੋਂ ਬੋਲ ਰਿਹਾ, ਨਵਾਂ ਵਿਧਾਇਕ ਜੈ ਭਾਰਤ ਦੋਨੇ। ਹੈਲੋ ਲੋਟਸ ਟੀਵੀ, ਤੁਸੀਂ ਲਾਈਵ ਹੋ ਜੀ? ਬਲਵਿੰਦਰ ਬੈਰਗਮ ਤੋਂ ਬੋਲ ਰਿਹਾ, ਆ ਰਹੀ ਆਵਾਜ਼ ਜੀ ਮੇਰੀ? ਹਾਂਜੀ ਆ ਰਹੀ ਆ ਜੀ, ਆਵਾਜ਼ ਆ ਰਹੀ ਆ, ਬੋਲੋ ਬਲਵਿੰਦਰ ਝੁੰਮੜ ਸਾਹਿਬ, ਕਿਹਾ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜੀ, ਬਹੁਤ ਜ਼ਬਰਦਸਤ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਆ, ਬਹੁਤ ਵਧੀਆ ਜਾਣਕਾਰੀਆਂ ਆਉਂਦੀਆਂ ਤੁਹਾਡੇ ਵਿਦਵਾਨਾਂ ਦੇ ਕੋਲ, ਸਲੂਟ ਆ ਤੁਹਾਨੂੰ। ਥੈਂਕ ਯੂ ਵੈਰੀ ਮਚ। ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਕਾਂਚੀ ਟੀਵੀ ਤੇ ਲੋਕ ਟੀਵੀ ਨੂੰ ਲੱਖ ਲੱਖ ਵਧਾਈਆਂ। ਤੇ ਇੱਕ ਜਾਣਕਾਰੀ ਜ਼ਰੂਰ ਦਿਓ ਸਰ ਜੀ, ਦੱਸੋ ਜੀ, ਜਿਹੜੀ ਤੁਸੀਂ ਅਮੈਰੀਕਾ ਦੀ ਫਿਲਮ ਦੱਸਦੇ ਹੋ ਕਿ ਉਹ ਹਿੰਦੀ ਦੇ ਵਿੱਚ
ਨਹੀਂ, ਹਾਲੇ ਉਹ ਇੰਗਲਿਸ਼ ਦੇ ਵਿੱਚ ਹੀ ਆ। ਉਹਦੇ ਵਿੱਚ ਪਹਿਲਾ ਪਾਰਟ ਜਿਹੜਾ ਜੀਵਾਂ ਬਾਰੇ ਦੱਸਦਾ, ਦੂਸਰਾ ਪਾਰਟ ਜਿਹੜੇ ਕਾਲੇ ਆ ਨਸਲਵਾਦ ਉਹਦੇ ਬਾਰੇ ਦੱਸਦਾ, ਤੀਸਰੇ ਪਾਰਟ ਦੇ ਵਿੱਚ ਉਹ ਜਿਹੜਾ ਜਿਹੜੀ ਜਾਤ ਪਾਤ ਦੇ ਉੱਤੇ ਉਹ ਆਧਾਰਿਤ ਆ ਔਰ ਬਾਬਾ ਸਾਹਿਬ ਦੀ ਜ਼ਿੰਦਗੀ ਬਾਰੇ ਆ। ਮੈਂ ਹਾਲੇ ਆਪ ਦੇਖੀ ਨਹੀਂ, ਚੌਹਾਨ ਸਾਹਿਬ ਨੇ ਦੇਖੀ ਆ, ਇਸੇ ਹੀ ਕਰਕੇ ਮੈਂ ਉਹਨਾਂ ਕੋਲੋਂ ਇਹ ਸਵਾਲ ਪੁੱਛਿਆ ਸੀ। ਕਰਦਾ ਕਿ ਚੌਹਾਨ ਸਾਹਿਬ ਜਦੋਂ ਵੀ ਤੁਹਾਡਾ ਤੁਸੀਂ ਵੀ ਕੋਈ ਵੀ ਸਾਥੀ ਆਉਂਦਾ ਤੇ ਜ਼ਰੂਰ ਮਤਲਬ ਚਰਨ ਪਾ ਕੇ ਜਾਓ ਜੀ। ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਤੁਹਾਡਾ ਲਾਈਵ ਆਉਣ ਦਾ। ਹਾਂਜੀ ਚੌਹਾਨ ਸਾਹਿਬ। ਅੱਛਾ, ਜਿਸ ਵੇਲੇ ਫਿਰ ਉਹ ਬਾਬਾ ਸਾਹਿਬ ਨੇ ਉਹ ਲਿਖ ਲਿਆ ਜੀ, ਉਹ ਜਿਹੜੇ ਮੰਡਲ ਵਾਲੇ ਸੀ ਉਹਨੇ ਕਿਹਾ ਵੀ ਉਹਨਾਂ ਸਾਨੂੰ ਤਾਂ ਪਤਾ ਨਹੀਂ ਵੀ ਉਹਨੇ ਕੀ ਆ ਕੇ ਬੋਲਣਾ ਜੀ, ਬੇ ਜਾਣੀ ਮਤਲਬ ਉਹਨੇ ਕਿਹਾ ਵੀ ਪਤਾ ਕਰ ਲੈਣਾ ਚਾਹੀਦਾ ਜੀ ਵੀ ਉਹ ਇੱਥੇ ਆ ਕੇ ਕੋਈ ਇੱਦਾਂ ਦੀਆਂ ਗੱਲਾਂ ਨਾ ਕਹਿਣ ਵੀ ਸਾਨੂੰ ਨੁਕਸਾਨ ਹੋਵੇ ਜੀ। ਪਰ ਉਹਨੇ ਫਿਰ ਬਹਾਨਾ ਟੋਲਿਆ ਸੀਗਾ ਵੀ ਉਹ ਜਿਹੜਾ ਬੰਦਾ ਉਹਨਾਂ ਕੋਲ ਭੇਜਿਆ ਉਹਨੂੰ ਕਿਹਾ ਵੀ ਅਸੀਂ ਉਹਨੂੰ ਲਾਹੌਰ 'ਚ ਪਾ ਲੈਂਦੇ ਹਾਂ ਜੀ। ਬਾਬਾ ਸਾਹਿਬ ਨੇ ਪਤਾ ਲੱਗ ਗਿਆ, ਉਹਨੇ ਕਿਹਾ ਵੀ ਇੱਥੇ ਤਾਂ ਪ੍ਰੈਸ ਇੱਥੇ ਵੀ ਹੈਗੀ ਆ ਪ੍ਰੈਸ, ਠੀਕ ਹੈ। ਉਹਨੇ ਕਿਹਾ ਵੀ ਮੈਂ ਇੱਥੇ ਛਾਪ ਕੇ ਤੁਹਾਨੂੰ ਦੇਣਾ ਜੀ, ਤਾਂ ਤੁਸੀਂ ਲੈ ਜਾਓ ਜੀ। ਉਹ ਫਿਰ ਜਦ ਵਾਪਸ ਲਿਆਇਆ ਤਾਂ ਉਹਨਾਂ ਨੂੰ ਦਿਖਾ ਲਿਆ ਤਾਂ ਉਹ ਤਾਂ ਹੈਰਾਨ ਰਹਿ ਗਏ ਵੀ ਇਹ ਤਾਂ ਅਸੀਂ ਭਾਵਾਂ ਸਾਡਾ ਜਾਤ ਪਾਤ ਤੋੜਕ ਮੰਡਲ ਹੈਗਾ ਵੀ ਜਿਹੜੀਆਂ ਗੱਲਾਂ ਵਿੱਚ ਕਹੀਆਂ ਜੀ ਵੀ ਉਹ ਤਾਂ ਸਾਡੇ ਲਈ ਬਹੁਤ ਨੁਕਸਾਨਦਾਇਕ ਆ ਜੀ। ਅਤੇ ਉਹ ਹੁਣ ਦੇਖੋ ਉਹਨੇ ਫਿਰ ਜਾਣੀ ਮਤਲਬ ਇਹ ਨਹੀਂ ਕਿਹਾ ਵੀ ਉਹਨੇ ਰਿਕੁਐਸਟ ਕੀਤੀ ਵੀ ਤੁਸੀਂ ਆਓ ਜ਼ਰੂਰ ਪਰ ਇਹ ਗੱਲਾਂ ਕੱਢ ਦਿਓ ਚੇਂਜ ਕਰੋ ਇਹਨੂੰ, ਹਾਂ ਨਹੀਂ ਵਿੱਚੋਂ। ਹਾਂ ਤਾਂ ਉਹ ਬਾਬਾ ਸਾਹਿਬ ਨੇ ਕਿਹਾ ਵੀ ਦੇਖੋ ਭੈਣ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਦੱਸਿਆ ਸੀ ਵੀ ਜੇ ਜਾਤ ਦਾ ਬਿਜਨਸ਼ ਕਰਨਾ ਇਹ ਗੱਲਾਂ ਮੈਨੂੰ ਜ਼ਰੂਰ ਕਹਿਣੀਆਂ ਪੈਣੀਆਂ ਜੀ, ਤੁਹਾਡੀ ਮਰਜ਼ੀ ਆ ਜੀ ਵੀ ਤੁਸੀਂ ਕਰੋ ਜਾਂ ਕਿੱਦਾਂ ਵੀ, ਮੈਂ ਤਾਂ ਉਹ ਕਹਿਣੀਆਂ ਜ਼ਰੂਰ ਜੇ ਆਉਣਾ, ਮੈਂ ਚੇਂਜ ਨਹੀਂ ਕਰਨੀ ਜੀ। ਇਸ ਕਰਕੇ ਫਿਰ ਜਿਹੜੀ ਉਹ ਕਾਨਫਰੰਸ ਵੀ ਰੱਦ ਹੋ ਗਈ, ਉਹ ਮੰਡਲ ਵੀ ਨਹੀਂ ਰਿਹਾ ਜੀ, ਜਾਣੀ ਉਹ ਇੱਕ ਟੰਗੌਸਲਾ ਸੀ ਜੀ। ਕਿਉਂਕਿ ਉਹ ਸੰਤਰ ਫਿਰ ਆਵਾਜ਼ ਪਹਿਲਾਂ ਤਾਂ ਬੜੀ ਗੱਲ ਆ ਵੀ ਉਹ ਕਿਤਾਬ ਅੱਜ ਤੱਕ ਫਿਰ ਮੋਡਰੇਟਰਾਂ ਦੀ ਅਸਲੀਅਤ ਜ਼ਾਹਰ ਹੋ ਗਈ ਨਾ। ਦੇਖੋ ਪਹਿਲਾਂ ਤਾਂ ਵੱਡੀ ਗੱਲ ਆ, ਫਿਰ ਉਹ ਦੇਖੋ ਕਿਤਾਬ ਦੇ ਬਾਰੇ ਆਪਾਂ ਬਾਅਦ 'ਚ ਜੇ ਤੁਸੀਂ ਚਰਚਾ ਕਰਨੀ ਚਾਹੁੰਦੇ ਵੀ ਅੱਜ ਤੱਕ ਸਭ ਤੋਂ ਜ਼ਿਆਦਾ ਉਹ ਕਿਤਾਬ ਲੋਕਾਂ ਨੇ ਪੜ੍ਹੀ। ਹਾਂਜੀ, ਕਿਉਂਕਿ ਉਹ ਪਹਿਲਾਂ ਤਾਂ ਜਦ ਉਦੋਂ ਬਾਬਾ ਸਾਹਿਬ ਨੇ ਕਿਹਾ ਵੀ ਇਹਨੇ ਤਾਂ ਕਰਾਇਆ ਨਹੀਂ, ਉਹ ਜਦ ਛੁਪਾਈ ਉਹਨੇ ਜੀ ਤਾਂ ਉਹਦੀ ਕੀਮਤ 8 ਆਨੇ ਰੱਖੀ ਸੀ ਜੀ, ਉਹ 1500 ਸੀ ਜੀ, ਉਹ ਇੱਕਦਮ ਵਿਕ ਗਈ। ਇਹ ਲੋਕਾਂ ਨੇ ਕਿਹਾ ਵੀ ਹੋਰ ਇਸ ਕਰਕੇ ਜਾਣੀ ਮਤਲਬ ਇਹ ਉਹ ਗੱਲ ਫਿਰ ਇੱਥੇ ਤਣੀ ਹੋ ਗਈ ਜਾਣੀ। ਠੀਕ ਹੈ। ਅੱਛਾ, ਮੇਰਾ ਅਗਲਾ ਸਵਾਲ ਆ ਰਾਨਾਡੇ ਗਾਂਧੀ ਅਤੇ ਜਨਾਹ। ਹਾਂਜੀ, ਇਹ ਵੀ ਇੱਕ ਕਿਤਾਬ ਆ ਮਹਾਦੇਵ ਗੋਬਿੰਦ ਰਾਨਾਡੇ ਦੇ 101ਵੇਂ ਜਨਮ ਉਤਸਵ ਦੇ ਸੰਬੰਧ ਵਿੱਚ ਜੋ 18 ਜਨਵਰੀ 1943 ਨੂੰ ਦਿੱਤਾ ਗਿਆ ਮੁੱਖ ਭਾਸ਼ਣ ਹੈ, ਇਸ ਪੁਸਤਕ 'ਤੇ ਜਾਣਨਾ ਪਾਓਗੇ? ਦੇਖੋ ਬਾਬਾ ਸਾਹਿਬ ਦੇ ਨੂੰ ਜਿਸ ਵੇਲੇ ਹੈ ਨਾ ਕੋਈ ਉਹਨਾਂ ਨੂੰ ਪਤਾ ਸੀਗਾ ਲੋਕਾਂ ਨੂੰ ਵੀ ਇਹਨਾਂ ਕੋਲ ਬਹੁਤ ਗਿਆਨ ਹੈ ਜੀ, ਉੱਥੇ ਜਿਹੜਾ ਮਹਾਦੇਵ ਗੋਬਿੰਦ ਰਾਨਾਡੇ ਹੋਇਆ ਉਹਦਾ ਇਸ ਪ੍ਰੋਵਿੰਸ ਦੇ ਵਿੱਚ ਜਨਮ ਹੋਇਆ ਸੀ, ਬੰਬੇ ਪ੍ਰੋਵਿੰਸ 'ਚ ਜੀ, ਕਿਉਂਕਿ ਉਹਨੇ ਬਹੁਤ ਚੰਗੇ ਕੰਮ ਕੀਤੇ ਸੀ ਜੀ। ਉਹਦੀ ਉਹਨੇ ਜਾਣੀ ਮਤਲਬ 101 ਜਨਮ ਦਿਨ 'ਤੇ ਉਹਨਾਂ ਨੂੰ ਚੀਫ ਗੈਸਟ ਦੇ ਤੌਰ 'ਤੇ ਬੁਲਾਇਆ ਸੀ ਜੀ, ਉਹ ਫਿਰ ਜਾਣੀ ਜਦ ਚਲੇ ਗਏ ਤਾਂ ਉੱਥੇ ਫਿਰ ਉਹਨੇ ਇਹ ਵਰਣਨ ਕੀਤਾ ਰਾਨਾਡੇ ਬਾਰੇ ਤਾਂ ਕਰਨਾ ਹੀ ਸੀ ਜੀ, ਔਰ ਉਹਨੇ ਕਿਹਾ ਵੀ ਦੇਖੋ ਰਾਨਾਡੇ ਵਰਗਿਆਂ ਦੀ ਤਾਂ ਕੋਈ ਕਦਰ ਨਹੀਂ ਕਰਦਾ ਜੀ,
ਜਿਹੜੇ ਹੋਰ ਆ ਜਾਣੀ ਉਹਨੇ ਦੋਵਾਂ ਦਾ ਵੀ ਜ਼ਿਕਰ ਕੀਤਾ, ਗਾਂਧੀ ਅਤੇ ਜਨਾਲ ਆ ਜੀ। ਪਹਿਲਾਂ ਤੋਂ ਰਾਣਾ ਅੰਡੇ ਬਾਰੇ ਇਹ ਦੱਸਦੇ ਆ ਵੀ ਮੈਨੂੰ ਕਿੱਦਾਂ ਜਾਣਕਾਰੀ ਉੱਥੇ ਦੱਸਦੇ ਲੋਕਾਂ ਨੂੰ ਵੀ ਮੈਨੂੰ ਕਿੱਦਾਂ ਰਾਣਾ ਅੰਡੇ ਬਾਰੇ ਪਤਾ ਲੱਗਾ ਜੀ। ਉਹਨੂੰ ਕਿਹਾ ਵੀ ਜਿਹੜਾ ਮੇਰਾ ਫਾਦਰ ਆ ਉਹਨੂੰ ਕੁਝ ਪੇਪਰ ਰੱਖੇ ਹੋਏ ਸੀ ਵੀ ਉਹ ਮੈਨੂੰ ਨਹੀਂ ਦਿਖਾ ਲਏ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜੇ ਪੇਪਰ ਆ ਵੀ ਰਾਣਾ ਅੰਡੇ ਦਾ ਵਿੱਚ ਆ ਜ਼ਿਕਰ। ਉਹਨੂੰ ਦੱਸਿਆ ਵੀ ਜਿਸ ਵੇਲੇ ਮਹਾਰ ਰੈਜੀਮੈਂਟ ਬਣ ਗਈ ਸੀ ਜੀ ਇਹਦੀ ਬਹੁਤ ਚਰਚਾ ਹੋ ਗਈ ਸੀ ਤਾਂ ਉੱਚੀ ਜਾਤ ਹਿੰਦੂਆਂ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਕਿਉਂ ਭਰਤੀ ਕੀਤਾ, ਇਹ ਤਾਂ ਨੌਨ ਮਾਰਸ਼ਲ ਹੈ ਜੀ। ਤਾਂ ਉਹ ਰਾਣਾ ਅੰਡੇ ਨੇ ਬਹੁਤ ਉਹਨਾਂ ਲੋਕਾਂ ਦੀ ਮਦਦ ਕੀਤੀ ਔਰ ਅੰਗਰੇਜ਼ਾਂ ਨੂੰ ਸਮਝਾਇਆ ਜੀ ਵੀ ਇਹ ਗਲਤ ਕਹਿੰਦੇ ਆ ਵੀ ਇਹ ਨੌਨ ਮਾਰਸ਼ਲ ਨਹੀਂ ਜੀ, ਵੀ ਇਹ ਸਾਰੀਆਂ ਗੱਲਾਂ ਆ ਵੀ ਮਾਰਸ਼ਲ ਤਾਂ ਉਹ ਹੁੰਦਾ ਜਿਹੜਾ ਲੜਾਈ ਜਿੱਤ ਪ੍ਰਾਪਤ ਕੀਤੀ ਜੀ, ਇਹ ਜਿਹੜੇ ਕਹਿਣ ਵਾਲੇ ਇਹ ਦੱਸ ਵੀ ਇਹਨੇ ਕੀ ਜਿੱਤਾਂ ਪ੍ਰਾਪਤ ਕੀਤੀਆਂ ਜੀ। ਫਿਰ ਉਹ ਰਾਣਾ ਅੰਡੇ ਨੇ ਹੋਰ ਵੀ ਮਤਲਬ ਇੰਨੇ ਚੰਗੇ ਕੰਮ ਕੀਤੇ ਵੀ ਉਹ ਜਾਣੀ ਜਾਣੀ ਛੂਤ ਛਾਤ ਦੇ ਵੀ ਵਿਰੁੱਧ ਸੀ ਜੀ, ਅੰਧ ਵਿਸ਼ਵਾਸਾਂ ਦੇ ਵੀ ਵਿਰੁੱਧ ਸੀ ਜੀ। ਫਿਰ ਉਹ ਇੱਦਾਂ ਸੀ ਵੀ ਜਿਹੜਾ ਕਾਂਗਰਸ ਜਾਂ ਬਣੀ ਆ ਤਾਂ ਉਹ ਮੁੱਢਲਾ ਮੈਂਬਰ ਵੀ ਬਣਿਆ ਸੀ ਜੀ, ਪਰ ਉਹਨਾਂ ਦੀ ਲਾਈਫ 'ਚ ਇਹ ਦੇਖੋ ਵੀ ਜਾਣੀ ਉਹਨਾਂ ਦਾ ਇੰਨਾ ਵਿਰੋਧ ਹੋਇਆ। ਕੱਟੜਪੰਥੀ ਜਿੱਦਾਂ ਤਿਲਕ ਸੀਗਾ ਜੀ, ਉਹ ਵੀ ਬ੍ਰਾਹਮਣ ਸੀ, ਇਹ ਵੀ ਬ੍ਰਾਹਮਣ ਸੀ ਜੀ। ਇੱਕ ਵਾਰੀ ਜਾਣੀ ਇਹਨਾਂ ਨੂੰ ਇੱਕ ਪ੍ਰੋਗਰਾਮ 'ਚ ਬੰਬਈ 'ਚ ਸੱਦਿਆ ਗਿਆ ਸੀ ਜੀ, ਜਾਣੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤਾਂ ਵੀ ਇਹ ਤਾਂ ਹੁਣ ਬ੍ਰਾਹਮਣ ਨਹੀਂ ਰਹੇ ਜੀ, ਵੀ ਇਹ ਤਾਂ ਉਹਨਾਂ ਲੋਕਾਂ ਨਾਲ ਬਹਿਣ ਲੱਗ ਪਿਆ ਜਿਹੜੇ ਨੀਚ ਹੈ ਜੀ, ਈਸਾਈਆਂ ਨਾਲ ਲੱਗ ਪਿਆ ਬਹਿਣ ਜੀ। ਤਾਂ ਉਹਨੀ ਜਾਣੀ ਉਹਨਾਂ ਨੂੰ ਚਿੱਠੀ ਭੇਜੀ ਵੀ ਤੂੰ ਇੱਥੇ ਆ ਕੇ ਮਾਫ਼ੀ ਮੰਗ ਜੀ। ਉਹ ਫਿਰ ਪਤਾ ਲੱਗ ਗਿਆ ਵੀ ਤਿਲਕ ਨੂੰ ਵੀ ਭੇਜੀ ਜੀ, ਤਿਲਕ ਗਿਆ ਉੱਥੇ ਜਾਣੀ ਉਹਨੂੰ ਮਾਫ਼ੀ ਮੰਗੀ, ਉਹਨੂੰ ਕਿਹਾ ਵੀ ਮੈਂ ਗਾਹ ਨਹੀਂ ਕਰੂੰਗਾ ਵੀ ਮੈਨੂੰ ਤੁਸੀਂ ਮਾਫ਼ ਕਰ ਦਿਓ ਜੀ। ਇਹ ਨਹੀਂ ਜਾਣੀ ਇਹਨੂੰ ਕਿਹਾ ਵੀ ਦੇਖ ਮੈਂ ਜੋ ਕੁਝ ਕੀਤਾ ਵੀ ਮੈਂ ਸਹੀ ਕੀਤਾ, ਔਰ ਉਹਨੂੰ ਕਿਹਾ ਵੀ ਜਿਹੜੀ ਛੂਤ ਛਾਤ ਵੀ ਗਲਤ ਹੈ, ਭੇਦ ਭਾਵ ਵੀ ਗਲਤ ਹੈ ਜੀ, ਜਾਣੀ ਬਹੁਤ ਉਹ ਜਾਣੀ ਸੀਗਾ ਇਮਾਨਦਾਰ। ਪਰ ਦੂਸਰੇ ਪਾਸੇ ਉਹ ਕਿਤਾਬ ਇਸ ਕਰਕੇ ਹੋਈ ਵੀ ਜਾਣੀ ਉਹਨੇ ਕਿਹਾ ਵੀ ਜਿਹੜੇ ਰਾਣਾ ਅੰਡੇ ਦਾ ਇੰਨਾ ਵਿਰੋਧ ਹੁੰਦਾ ਵੀ ਗਾਂਧੀ ਨੂੰ ਕਿਉਂ ਲੋਕਾਂ ਨੇ ਚੱਕਿਆ ਜੀ, ਜਨਾਬ ਬਾਰੇ ਵੀ ਉਹਨੇ ਕਿਹਾ ਜੀ। ਫਿਰ ਉਹ ਗਾਂਧੀ ਬਾਰੇ ਦੱਸਦੇ ਆ ਵੀ ਜਿਹੜਾ ਦੇਸ਼ ਦੇ ਵਿੱਚ ਜਿਹੜਾ ਲਗਾਤਾਰ ਇੱਦਾਂ ਦਾ ਵਿਅਕਤੀ ਪੂਜਾ ਸ਼ੁਰੂ ਹੋ ਗਈ ਹੈ ਇਹ ਗਲਤ ਹੈ ਜੀ। ਗਾਂਧੀ ਬਾਰੇ ਉਹ ਦੱਸਦੇ ਆ ਵੀ ਇਹਨੂੰ ਮਹਾਤਮਾ ਕਿੱਦਾਂ ਬਣ ਗਿਆ ਜੀ, ਵੀ ਦੱਸੇ ਤਾਂ ਸਹੀ ਵੀ ਕਿੱਦਾਂ ਮਹਾਤਮਾ ਬਣ ਗਿਆ ਵੀ ਸਧਾਰਨ ਬੰਦਾ ਆ ਵੀ ਲੋਕਾਂ ਨੂੰ ਕਿਹਾ ਵੀ ਇਹਨੂੰ ਮਹਾਤਮਾ ਕਹੋ ਸੰਤ ਕਹੋ ਜੀ। ਦੂਸਰੇ ਪਾਸੇ ਉਹ ਜਨਾਬ ਬਾਰੇ ਕਹਿੰਦੇ ਆ ਵੀ ਦੇਖੋ ਜੇ ਇੰਨੀ ਆਪਸ ਵਿੱਚ ਹੀ ਸਮਝੌਤਾ ਕਰ ਲਿਆ ਵੀ ਹਿੰਦੂ ਇਹਨੂੰ ਮਹਾਤਮਾ ਕਹਿਣ ਸੰਤ ਕਹਿਣ ਤਾਂ ਮੁਸਲਮਾਨ ਉਹਨੂੰ ਕਾਇਦੇ ਆਜ਼ਮ ਕਹਿਣ ਜੀ, ਕਿਉਂਕਿ ਇਹ ਦੋਨੇ ਹੀ ਬੰਦੇ ਗੁਜਰਾਤ ਦੇ ਰਹਿਣ ਵਾਲੇ ਸੀਗੇ ਔਰ ਦੋਨੇ ਹੀ ਹਿੰਦੂ ਪਰਿਵਾਰ ਸੀ ਜੀ, ਯਾਨੀ ਕਿ ਜਨਾਬ ਵੀ ਹਿੰਦੂ ਪਰਿਵਾਰ ਚੋਂ ਹਾਂ ਹੈ ਉਹ, ਕਿਉਂਕਿ ਕਨਵਰਟ ਹੋਇਆ ਸੀ, ਉਹ ਕਨਵਰਟ ਹੋਇਆ ਸੀ ਜੀ, ਪਰ ਉਹਨੂੰ ਕਿਹਾ ਵੀ ਮਜ਼ਹਬ ਚੰਗਾ ਨਹੀਂ ਤਾਂ ਉਹ ਮੁਸਲਮਾਨ ਬਣ ਗਿਆ ਜੀ। ਬੜੀ ਤਾਂ ਗੱਲ ਆ ਵੀ ਉਹ ਦੋਨੇ ਹੀ ਮਤਲਬ ਹੈ, ਫਿਰ ਵੱਡੀ ਤਾਂ ਗੱਲ ਆ ਉਹਦੇ ਵਿੱਚ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਗਾਂਧੀ ਉਹਨੂੰ ਕਾਇਦੇ ਆਜ਼ਮ ਕਹਿੰਦਾ ਸੀ ਜੀ, ਉਹ ਉਹਨੂੰ ਮਹਾਤਮਾ ਜਾਂ ਨਹੀਂ ਸੀ ਕਹਿੰਦਾ ਜੀ, ਕਿਉਂਕਿ ਉਹਨੂੰ ਪਤਾ ਸੀ ਵੀ ਇਹ ਤਾਂ ਐਵੇਂ ਹੀ ਹੈ ਬਸ ਜੀ। ਉਹ ਇਸ ਕਰਕੇ ਫਿਰ ਬਾਬਾ ਸਾਹਿਬ ਨੇ ਉਹਦੇ ਵਿੱਚ ਦੱਸਿਆ ਵੀ ਮੈਨੂੰ ਬਹੁਤ ਇਹ ਲੋਕ ਕਹਿੰਦੇ ਆ ਵੀ ਤੂੰ ਇਹ ਗਾਂਧੀ ਬਾਰੇ ਕਿਉਂ ਇੱਦਾਂ ਦੇ ਵਿਚਾਰ ਰੱਖਦਾ ਜੀ, ਔਰ ਇੱਥੇ ਤਾਂ ਕਹਿੰਦੇ ਆ ਵੀ ਤੂੰ ਰਾਸ਼ਟਰਵਾਦੀ ਨਹੀਂ ਜੀ। ਉਹਨੇ ਉਹਦੇ ਵਿੱਚ ਉਹ ਲੈਕਚਰ ਦੇ ਵਿੱਚ ਦੱਸਦੇ ਆ, ਉਹਨੇ ਕਿਹਾ ਵੀ ਜਿਹੜੇ ਵਿਅਕਤੀ ਆ ਇਹਨਾਂ ਦੀ ਪੂਜਾ ਨਹੀਂ ਹੋਣੀ ਚਾਹੀਦਾ, ਨਾਲੇ ਉਹਨੇ ਕਿਹਾ ਵੀ ਜਿਹੜੇ ਵਿਅਕਤੀਆਂ ਤੋਂ ਉੱਪਰ ਦੇਸ਼ ਆ ਜੀ। ਉਹਨੇ ਕਿਹਾ ਵੀ ਜਿਹੜਾ ਤੁਸੀਂ ਮੈਨੂੰ ਕਹਿੰਦੇ ਆ ਵੀ ਮੈਂ ਗਾਂਧੀ ਨੂੰ ਮੰਨਾਂ ਜਾਂ ਕਾਂਗਰਸ ਨੂੰ ਮੰਨਾਂ, ਉਹਨੂੰ ਕਿਹਾ ਵੀ ਬਿਲਕੁਲ ਗਲਤ ਹੈ ਜੀ।
ਉਹਨੇ ਕਿਹਾ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਮੈਂ ਇਹਨਾਂ ਤੋਂ ਵੱਡਾ ਰਾਸ਼ਟਰਵਾਦੀ ਹਾਂ ਜੀ, ਮੈਂ ਦੇਸ਼ ਦੇ ਹਿੱਤ ਦੀ ਗੱਲ ਕਰਦਾ, ਇਸ ਕਰਕੇ ਫਿਰ ਕਿਤਾਬ ਦੀ ਵੀ ਬਹੁਤ ਚਰਚਾ ਹੋਈ। ਅੱਛਾ ਚੌਹਾਨ ਸਾਹਿਬ, ਜਿਹੜਾ ਮੇਰਾ ਅਗਲਾ ਸਵਾਲ ਆ ਨਾ, ਉਹ ਜੇ ਇਕੱਠਾ ਮੈਂ ਪੁੱਛਦਾ ਉਹ ਵੱਡਾ ਬਣਦਾ, ਇਸ ਕਰਕੇ ਮੈਂ ਉਹਨੂੰ ਤਿੰਨਾਂ ਹਿੱਸਿਆਂ 'ਚ ਵੰਡ ਲਿਆ ਤਾਂ ਕਿ ਛੋਟਾ ਛੋਟਾ ਕਰਕੇ ਦਰਸ਼ਕਾਂ ਨੂੰ ਵੀ ਸਮਝ ਆਵੇ ਵੀ ਮੈਂ ਕੀ ਕਰਨਾ ਚਾਹੁੰਦਾ। ਅੱਛਾ, ਉਹ ਹੈਗਾ ਕਾਂਗਰਸ ਅਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ, ਹਾਂਜੀ ਇਹਦੇ ਬਾਰੇ ਤੁਸੀਂ ਪਹਿਲਾਂ ਦੱਸੋ। ਦੇਖੋ ਜਿਹੜੀ ਇਹ ਜਿਹੜੀ ਕਿਤਾਬ ਉਹਨਾਂ ਨੂੰ ਲਿਖਣੀ ਪਈ ਹੈ ਜੀ, ਕਿਉਂਕਿ ਜਿਸ ਵੇਲੇ ਬ੍ਰਿਟਿਸ਼ ਸਰਕਾਰ ਨੇ ਕ੍ਰਿਮੀਨਲ ਵਾਰਡ ਅਨਾਊਂਸ ਕੀਤਾ ਸੀ ਜੀ, ਉਹਨੀ ਜਾਣੀ ਜਿਹੜੀਆਂ ਡਿਪਰੈਸਡ ਕਲਾਸਿਸ ਸੀ, ਬਾਬਾ ਸਾਹਿਬ ਅੰਬੇਡਕਰ ਨੇ ਜਿਹੜੇ ਮੈਮੋਰੈਂਡਮ ਦਿੱਤੇ ਸੀ। ਇੱਕ ਕੋਈ ਹੋਰ ਲਾਈਵ ਕਾਲ ਆ ਰਹੀ ਹੈ, ਹੁਣ ਦੇਖਦੇ ਹਾਂ। ਹਾਂਜੀ, ਲੋਟਸ ਟੈਲੀਵਿਜ਼ਨ, ਤੁਸੀਂ ਲਾਈਵ ਹੋ ਜੀ, ਕੌਣ ਬੋਲ ਰਿਹਾ ਜੀ? ਜੈਭੀਮ ਜੀ, ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਆਪਕੋ ਵੀ, ਸਾਰੇ ਟੀਵੀ ਕੇ ਪ੍ਰੋਗਰਾਮ ਕਰਨੇ ਵਾਲੋਂ ਕੋ ਔਰ ਸੁਣਨੇ ਵਾਲੋਂ ਕੋ ਮੇਰੀ ਤਰਫ ਸੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕੇ ਜਨਮ ਦਿਨ ਕੀ ਬਹੁਤ ਬਹੁਤ ਵਧਾਈ ਹੋ। ਥੈਂਕ ਯੂ ਜੀ। ਮੈਂ ਤੋ ਆਪਣੇ ਚੌਹਾਨ ਸਾਹਿਬ ਕੇ ਗਿਆਨ ਕਾ ਜੋ ਭੰਡਾਰ ਹੈ ਉਸਕੀ ਜ਼ਰਾ ਤਾਰੀਫ ਕਰਨਾ ਚਾਹਤਾ ਹੂੰ। ਮੈਂ ਹਮੇਸ਼ਾ ਇਨਕੇ ਲੈਕਚਰ ਸੁਣਤਾ ਹੂੰ, ਇਨਕੀ ਬਹੁਤ ਵਾਸਟ ਸਟੱਡੀ ਹੈ ਔਰ ਹਮੇ ਚੌਹਾਨ ਸਾਹਿਬ ਕੋ ਜਿਤਨੀ ਦਫ਼ਾ ਵੀ ਹੋ ਸਕੇ ਪ੍ਰੋਗਰਾਮ ਪਰ ਲਾਣਾ ਚਾਹੀਏ, ਕਿਉਂਕਿ ਜੀ ਹਮੇ ਬਹੁਤ ਅੱਛਾ ਗਿਆਨ ਦਿੰਦੇ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਕੀ ਬਾਬਤ, ਮੁਝੇ ਯਹੀ ਕਹਿਣਾ ਹੈ। ਔਰ ਡਾਕਟਰ ਚੌਹਾਨ ਸਾਹਿਬ ਕਾ ਮੈਂ ਪਰਸਨਲੀ ਧੰਨਵਾਦ ਵੀ ਕਰਨਾ ਚਾਹਤਾ ਹੂੰ ਕਿ ਉਹ ਪ੍ਰੋਗਰਾਮ ਪਰ ਆਤੇ ਹੈ ਔਰ ਆਪਣੇ ਬਿਆਨ ਦੇਤੇ। ਥੈਂਕ ਯੂ ਵੈਰੀ ਮਚ ਜਨਾਬ। ਥੈਂਕ ਯੂ ਵੈਰੀ ਮੱਚ ਖੁਸ਼ੀ ਰਾਮ ਜੀ। ਇਸੇ ਕਰਕੇ ਸਾਡੇ ਡਾਕਟਰ ਚਮਨ ਲਾਲ ਮਮਨ ਜੀ ਨੇ ਇਹਨਾਂ ਦਾ ਨਾਮ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਰੱਖਿਆ ਹੋਇਆ ਹੈ। ਚੌਹਾਨ ਸਾਹਿਬ, ਆਪਣੀ ਗੱਲ ਵਿੱਚ ਹੀ ਰਹਿ ਗਈ ਸੀ, ਕਿਉਂਕਿ ਜਿਹੜਾ ਮੇਰਾ ਸਵਾਲ ਸੀਗਾ ਉਹ ਸੀਗਾ ਕਾਂਗਰਸ ਅਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ, ਇਹਦੇ ਬਾਰੇ ਤੁਸੀਂ ਐਕਸਪਲੇਨ ਕਰ ਰਹੇ ਸੀ। ਮੈਂ ਉਹ ਦੱਸਿਆ ਸੀਗਾ ਵੀ ਜਿਸ ਵੇਲੇ ਬ੍ਰਿਟਿਸ਼ ਸਰਕਾਰ ਨੇ ਬਾਬਾ ਸਾਹਿਬ ਦੇ ਮੈਮੋਰੈਂਡਮਾਂ ਤੋਂ ਮੁੱਖ ਰੱਖਦੇ ਹੋਏ, ਸਾਰਾ ਕਾਨਫਰੰਸ ਦਾ ਵੀ ਗੱਲਬਾਤ ਮੁੱਖ ਰੱਖਦੇ ਹੋਏ, ਉਹਨੇ ਸੈਪਰੇਟ ਕਮਿਊਨਲ ਵਾਰਡ ਅਨਾਊਂਸ ਕੀਤਾ ਸੀ ਜੀ। ਉਹਦੇ ਵਿੱਚ ਜਾਣੀ ਜੋ ਕੁਝ ਸੀਗਾ ਵੀ ਇਹ ਜਿਹੜੇ ਲੋਕ ਹੈਗੇ ਗੁਲਾਮ ਬਣਾਏ ਹੋਏ ਆ ਵੀ ਇਹਨਾਂ ਦੇ ਸੈਪਰੇਟ ਇਲੈਕਟਰੇਟ ਲਾਗੂ ਹੋਊਗਾ ਤਾਂ ਇਹਨਾਂ ਨੂੰ ਡਬਲ ਵੋਟ ਮਿਲੂਗੀ ਜੀ। ਗਾਂਧੀ ਨੇ ਮਰਨ ਵਰਤ ਰੱਖ ਕੇ 20 ਸਤੰਬਰ ਨੂੰ ਇਹ ਰੱਦ ਕਰਵਾ ਦਿੱਤਾ ਸੀ ਜੀ। ਜਾਣੀ ਉਹਨੂੰ ਕਿਹਾ ਵੀ ਮੈਂ ਤਾਂ ਮਰ ਜਾਣਾ ਵੀ ਇਹ ਜ਼ਰੂਰ ਰੱਦ ਕਰੋ ਜੀ। ਉਹ ਜਾਂ ਫਿਰ ਰੱਦ ਕਰਨਾ ਪਿਆ ਤਾਂ ਫਿਰ ਜੁਆਇੰਟ ਇਲੈਕਟੋਰੇਟ ਜਿਹੜਾ ਲਾਗੂ ਹੋ ਗਿਆ ਜੀ। ਔਰ ਬਾਬਾ ਸਾਹਿਬ ਨੂੰ ਇੰਨੀ ਉਮੀਦ ਹੀ ਨਹੀਂ ਸੀ ਵੀ ਉਹਨਾਂ ਨਾਲ ਧੋਖਾ ਹੋਇਆ ਜੀ, ਕਿਉਂਕਿ ਦੇਖੋ ਜਦ ਕੋਈ ਇੱਦਾਂ ਦਾ ਪ੍ਰੈਸ਼ਰ ਪਾਉਂਦਾ ਜੀ ਫਿਰ ਵੱਡੀ ਤਾਂ ਗੱਲ ਤਾਂ ਇਹ ਹੈਗੀ ਆ ਵੀ ਉਹ ਜਿਹੜਾ ਪੂਰਨਾ ਸਮਝੌਤਾ ਹੋਇਆ ਮਰਨ ਵਾਰ ਤਾਂ ਰੱਖਿਆ ਗਾਂਧੀ ਨੇ ਜੀ, ਜਾਣੀ 20 ਨੂੰ ਉਹਨੂੰ ਰੱਖਿਆ ਤਾਂ 24 ਨੂੰ ਹੋ ਗਿਆ ਜੀ। ਜਾਣੀ ਉਹ ਪ੍ਰਚਾਰ ਇੱਦਾਂ ਦਾ ਕੀਤਾ ਗਿਆ ਵੀ ਡਾਕਟਰ ਅੰਬੇਡਕਰ ਦੇ ਵਿਰੁੱਧ ਕੀਤਾ ਗਿਆ ਜੀ। ਦੇਖੋ ਡਾਕਟਰ ਅੰਬੇਡਕਰ ਦਾ ਤਾਂ ਕੋਈ ਕਸੂਰ ਹੀ ਨਹੀਂ ਸੀ ਜੀ, ਬ੍ਰਿਟਿਸ਼ ਸਰਕਾਰ ਨੇ ਉਹ ਸਹੀ ਫੈਸਲਾ ਕੀਤਾ ਸੀ। ਪਰ ਉਹ ਜਿਸ ਵੇਲੇ ਸਮਝੌਤਾ ਹੋ ਗਿਆ ਤਾਂ ਉਹ ਗਾਂਧੀ ਨੇ ਇੱਕ ਚਾਲ ਚੱਲੀ ਵੀ ਹੁਣ ਮੈਂ ਫਸਿਆ ਹੈਗਾ ਵੀ ਇਹ ਮੈਨੂੰ ਕੋਈ ਇਹਦੇ ਵਿੱਚੋਂ ਕੱਢੇ ਵੀ ਸੈਨ ਕੋਈ ਹੋਰ ਕਰੇ ਜੀ। ਉਹ ਜਾਣੀ ਮਦਨ ਮੋਹਨ ਮਾਲਵੀਆ ਨੂੰ ਉੱਥੇ ਸੱਦਿਆ ਸੀ ਜੀ,
ਜਾਣੀ ਉਹਨੂੰ ਕਿਹਾ ਸੀ ਵੀ ਤੂੰ ਹੁਣ ਇਹਨੂੰ ਸਾਂਭ ਵੀ ਇਹ ਬੜ ਉਹਨਾਂ ਦੀ ਜਾਣੀ ਮਨਸ਼ਾ ਇਹ ਸੀ ਵੀ ਇਹ ਰੱਦ ਕਰਵਾ ਲਈਏ ਤਾਂ ਬਾਕੀ ਲਾਗੂ ਤਾਂ ਅਸੀਂ ਕੁਛ ਵੀ ਨਹੀਂ ਕਰਨਾ ਜੀ, ਬੇਈਮਾਨੀ ਸੀ। ਪਰ ਉਹ ਫਿਰ ਜਦ ਇੱਦਾਂ ਹੁੰਦਾ ਗਿਆ ਚਮਚਾ ਜੁੱਗ ਸ਼ੁਰੂ ਹੋ ਗਿਆ। ਉਹਨਾਂ ਨੂੰ ਇਹ ਜਿਹਨਾਂ ਨੂੰ ਕਾਂਗਰਸ ਟਿਕਟ ਦਿੰਦੀ ਸੀ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਵੀ ਤੁਸੀਂ ਡਾਕਟਰ ਅੰਬੇਡਕਰ ਦਾ ਵਿਰੋਧ ਕਰਨਾ ਜੀ, ਤੁਹਾਨੂੰ ਅਸੀਂ ਜਿਤਾਵਾਂਗੇ ਜੀ, ਤੁਸੀਂ ਆਪਣਾ ਜੋ ਕੁਝ ਮਾਲਾਮਾਲ ਹੋ ਜਾਓ ਪਰ ਆਪਣੇ ਸਮਾਜ ਬਾਰੇ ਗੱਲ ਨਹੀਂ ਕਰਨੀ ਜੀ। ਇਹ ਫਿਰ ਜਦ ਇੱਦਾਂ ਹੁੰਦਾ ਰਿਹਾ ਤਾਂ ਉਹ ਤੁਸੀਂ ਦੇਖੋ ਗੌਰਮੈਂਟ ਆਫ ਇੰਡੀਆ ਐਕਟ ਬਣਿਆ 1935 'ਚ, 1937 ਚੋਣਾਂ ਹੋਈਆਂ, ਫਿਰ ਉਹ ਜਾਣੀ ਇੱਦਾਂ ਦਾ ਕੁਛ ਹੁੰਦਾ ਰਿਹਾ ਤਾਂ ਉਹ ਬਾਬਾ ਸਾਹਿਬ ਨੂੰ ਲੋਕ ਪੁੱਛਦੇ ਸੀ ਵੀ ਇਹ ਤਾਂ ਬਹੁਤ ਗਲਤ ਹੁੰਦਾ ਜੀ। ਉਹਨੀ ਫਿਰ ਜਾਣੀ ਉਹ ਤਾਂ 1945 ਤੱਕ ਦਾ ਜਿਹੜਾ ਸਾਰਾ ਹਿਸਾਬ ਕਿਤਾਬ 'ਚ ਲਿਖਿਆ ਜੀ, ਉਹ 'ਚ ਦੱਸਿਆ ਵੀ 1917 ਤੋਂ ਲਾ ਕੇ ਹੁਣ ਤੱਕ ਕਾਂਗਰਸ ਕੀ ਕਰ ਰਹੀ ਹੈ ਜੀ, ਵਟ ਕਾਂਗਰਸ ਐਂਡ ਗਾਂਧੀ ਹੈਵ ਡਨ ਟੂ ਦੀ ਅਨਟੱਚੇਬਲਸ ਜੀ। ਉਹ ਫਿਰ ਜਦ ਕਿਤਾਬ ਛਪੀ ਤਾਂ ਇੰਗਲਿਸ਼ ਦੇ ਵਿੱਚ ਤਾਂ ਉਹ ਲੋਕਾਂ ਨੂੰ ਪੜ੍ਹੀ ਤਾਂ ਉਹ ਹੈਰਾਨ ਰਹਿ ਗਏ ਵੀ ਇਹ ਤਾਂ ਉਹ ਗਾਂਧੀ ਅਤੇ ਅਸੀਂ ਤਾਂ ਮਹਾਤਮਾ ਕਹਿੰਦੇ ਹਾਂ, ਅਸੀਂ ਤਾਂ ਉਹਨੂੰ ਕਹਿੰਦੇ ਹਾਂ, ਹੁਣ ਤਾਂ ਉਹਦਾ ਛੱਡਿਆ ਹੀ ਕੁਛ ਹੈ ਨਹੀਂ ਜੀ। ਔਰ ਇੱਥੇ ਤੱਕ ਹੋਇਆ ਵੀ ਉਹਨੀ ਫਿਰ ਮੀਟਿੰਗ ਬੁਲਾਈ ਵੀ ਇਹ ਤਾਂ ਵੀ ਕੋਈ ਇਹਦਾ ਜਵਾਬ ਦੇਵੇ ਜੀ, ਅਤੇ ਹੁਣ ਉਹ ਜਵਾਬ ਵੀ ਕਿਹੜਾ ਦੇ ਸਕਦਾ ਸੀ, ਉਹ ਸੱਚ ਆ ਜਾਣੀ ਜੀ। ਉਹ ਫਿਰ ਰਾਜਗੋਪਾਲ ਚਾਰੀਆ ਤੋਂ ਜਵਾਬ ਦਵਾਇਆ, ਕੁਛ ਵੀ ਨਹੀਂ ਹੈਗਾ ਜੀ। ਔਰ ਉਹ ਕਿਤਾਬ ਲਗਾਤਾਰ ਉਹ ਛਪ ਰਹੀ ਹੈ ਜੀ, ਕਿਉਂਕਿ ਉਹ ਜਿਹੜਾ ਸੱਚ ਹੈ ਉਹ ਮਤਲਬ ਤਾਂ ਲੋਕਾਂ ਸਾਹਮਣੇ ਆਉਣਾ ਚਾਹੀਦਾ ਜੀ। ਅੱਛਾ, ਜਿਹੜਾ ਇਹਦੇ ਨਾਲ ਦੂਸਰਾ ਸੀਗਾ ਗਾਂਧੀ ਅਤੇ ਅਛੂਤਾਂ ਦੀ ਮੁਕਤੀ, ਹਾਂਜੀ ਉਹ ਵੀ ਦੇਖੋ ਉਹ ਵੀ ਇਹਦੇ ਸੰਬੰਧ ਦੇ ਵਿੱਚ ਆ। ਇਹ ਤਾਂ ਜਾਣੀ ਕਿਤਾਬ ਛਪ ਗਈ ਸੀ ਜੀ। ਦੂਸਰਾ ਇਹ ਕੈਨੇਡਾ ਦੇ ਵਿੱਚ ਇੱਕ ਕਾਨਫਰੰਸ ਹੋਣੀ ਸੀ ਦਸੰਬਰ 1942 'ਚ ਜੀ। ਉਹ ਜਿਹੜੇ ਸੰਸਥਾ ਸੀਗੀ ਉਹਦੇ ਵਿੱਚ ਜਾਣੀ ਸਾਰੇ ਦੇਸ਼ਾਂ ਦੇ ਲੋਕ ਸੀ ਤਾਂ ਇੰਡੀਅਨ ਵੀ ਸੀਗੇ ਜੀ। ਉਹਨੇ ਜਾਣੀ ਕਿਹਾ ਵੀ ਜਿਹੜੀ ਸਾਡੀ ਕਾਨਫਰੰਸ ਆ, ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਜਿਹੜੇ ਡਿਪਰੈਸਡ ਕਲਾਸ ਲੋਕ ਆ ਜਿਹਨਾਂ ਨੂੰ ਅਨਟੱਚੇਬਲ ਵੀ ਕਹਿੰਦੇ ਆ ਵੀ ਇਹਨਾਂ ਦੀ ਇੰਨੀ ਗੁਲਾਮੀ ਹੈ ਵੀ ਤੁਸੀਂ ਮਤਲਬ ਜੇ ਆ ਨਹੀਂ ਸਕਦੇ ਤਾਂ ਇਹਦੇ ਲਈ ਇੱਕ ਪੇਪਰ ਲਿਖੋ ਜੀ। ਵੀ ਜੇ ਬਾਬਾ ਸਾਹਿਬ ਨੇ ਕਿਹਾ ਵੀ ਮੈਂ ਬਹੁਤ ਬਿਜ਼ੀ ਹਾਂ, ਪਰ ਉਹ ਜਦ ਉਹਨੇ ਪੇਪਰ ਪੜ੍ਹਿਆ ਉਹ ਕਹਿੰਦੇ ਇਹਦੀ ਤੁਸੀਂ ਕਿਤਾਬ ਛਪਾਓ ਜੀ। ਉਹ ਵੀ ਫਿਰ ਕਿਤਾਬ ਆ ਜਾਣੀ ਜੀ, ਮਿਸਟਰ ਗਾਂਧੀ ਐਂਡ ਐਮੈਂਸੀਪੇਸ਼ਨ ਆਫ ਦੀ ਅਨਟੱਚੇਬਲਸ ਜੀ। ਉਹ ਇਹ ਫਿਰ ਦੂਸਰੀ ਕਿਤਾਬ ਆ ਜੀ। ਅੱਛਾ, ਇਹਦਾ ਤੀਸਰਾ ਹਿੱਸਾ ਹੈਗਾ ਕਮਿਊਨਲ ਡੇਜ਼ ਲੋਕ ਐਂਡ ਵੇ ਟੂ ਸੋਲਵ ਇਟ ਸਟੇਟ ਐਂਡ ਮਾਈਨੋਰਿਟੀ, ਹਾਂਜੀ ਹਾਂ ਇਹਦੇ ਬਾਰੇ ਤੁਸੀਂ ਇਹ ਦੇਖੋ ਜਿਹੜੀ ਇਹ ਕਿਤਾਬ ਦੋ ਟਾਈਟਲ 'ਚ ਛਪੀ ਹੈ ਜੀ, ਕਮਿਊਨਲ ਡੈਡ ਲੋਕ ਐਂਡ ਵੇ ਟੂ ਸੋਲਵ ਇਟ ਜੀ। ਉਹ ਫਿਰ ਇੱਦਾਂ ਸੀ ਵੀ ਜਿਹੜੇ ਹੁਣ ਤੁਸੀਂ ਦੇਖੋ ਵੀ ਕੋਈ ਵੀ ਜਿਹੜਾ ਇਹ ਰਾਖਵਾਂਕਰਨ ਮਿਲਿਆ ਸੀ ਪੋਲੀਟੀਕਲ ਜੀ, ਉਹ ਜਿਹਨਾਂ ਨੂੰ ਮਿਲਿਆ ਜਦ ਉਹਨਾਂ ਦੀ ਉਹ ਮਾਈਨੋਰਿਟੀ ਹੈ ਜੀ। ਉਹ ਬਾਬਾ ਸਾਹਿਬ ਉਸ ਕਿਤਾਬ ਦੇ ਵਿੱਚ, ਕਿਉਂਕਿ ਇਹ ਉਹਨੀ ਜਿਹੜੀ ਪਹਿਲੀ ਕਿਤਾਬ ਛਪੀ ਸੀ, ਇਹ ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਦਾ ਸਾਲਾਨਾ ਕਾਨਫਰੰਸ ਸੀ ਬੰਬਈ 'ਚ ਜੀ, ਇਹ ਉੱਥੇ ਪੜ੍ਹਿਆ ਗਿਆ ਸੀ ਜੀ, ਕਮਿਊਨਲ ਡੈਡ ਲੋਕ ਐਂਡ ਵੇ ਟੂ ਸੋਲਵ ਇਟ ਜੀ। ਉਹਦੇ ਵਿੱਚ ਉਹ ਦੱਸਦੇ ਆ ਵੀ ਜਿਹੜੇ ਇਹ ਲੋਕ ਆ ਵੀ ਇਹ ਜਿਹੜੀਆਂ ਜਾਤਾਂ ਆ, ਸਿਰਫ ਪਹਿਲਾਂ 429 ਜਾਤਾਂ ਸੀ ਜੀ, ਉਹਨੇ ਕਿਹਾ ਵੀ ਜਿਹੜੇ ਹਲਕਿਆਂ ਤੋਂ ਖੜ੍ਹੇ ਹੁੰਦੇ ਆ ਵੀ ਉੱਥੇ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਆਬਾਦੀ 20% ਆ ਜੀ, ਅਤੇ ਜਿਹੜੇ ਇਹਨਾਂ ਦੇ ਵਿਰੁੱਧ ਵੋਟ ਪਾਉਣ ਵਾਲੇ ਉਹ ਤਾਂ 80% ਆ ਜੀ, ਇਹਨਾਂ ਦਾ ਤਾਂ ਆਪਣੀ ਮਰਜ਼ੀ ਦਾ ਨੁਮਾਇੰਦਾ ਹੀ ਨਹੀਂ ਚੁਣ ਹੁੰਦਾ ਜੀ। ਉਹਦੇ ਵਿੱਚ ਇਹ ਦੱਸਿਆ ਗਿਆ ਵੀ ਇਹ ਜਿਹੜਾ ਜੁਆਇੰਟ ਇਲੈਕਟਰੇਟ ਵਰਸ ਸੈਪਰੇਟ ਜਿਹੜਾ ਹੈ ਨਾ ਹੈਗਾ ਆ, ਇਹ ਸਮੱਸਿਆ ਆ ਜੀ, ਇਹ ਜਾਣੀ ਕਮਿਊਨਲ ਡੈਡ ਲੋਕ ਆ
ਵੀ ਇਹਦਾ ਹੱਲ ਜਿਹੜਾ ਉਹ ਇਹ ਦੱਸਦੇ ਆ ਵੀ ਜਾਂ ਤਾਂ ਉਹ ਮੁੜ ਕੇ ਜਿਹੜਾ ਸੈਪਰੇਟ ਇਲੈਕਟਰ ਲਾਗੂ ਕੀਤਾ ਜਾਵੇ ਜੀ, ਜਾਣੀ ਉਹ ਸੁਝਾਅ ਦਿੰਦੇ ਆ, ਪਰ ਉਹ ਜਿਹੜੀ ਮਨੋਰਟੀ ਜਿਹੜਾ ਤੁਸੀਂ ਕਹਿੰਦੇ ਵੀ ਦੂਸਰੀ ਵਾਰੀ ਕਿੱਦਾਂ ਛਪੀ ਆ, ਫਿਰ ਜਦ ਇਹਦੇ ਬਰਾਰੇ ਬਹੁਤ ਪ੍ਰੋਟੈਸਟ ਲੱਪੇ ਹੋਣ ਵੀ ਇਹ ਤਾਂ ਇਹਨਾਂ ਦੇ ਸਹੀ ਨੁਮਾਇੰਦੇ ਹੀ ਨਹੀਂ ਚੁਣ ਹੁੰਦੇ ਜੀ, ਵੀ ਉਹ ਕਾਂਗਰਸ ਨੇ ਜਾਣੀ ਇਹ ਮਤਾ ਪਾਸ ਕਰ ਲਿਆ ਸੀ ਵੀ ਜੇ ਅਸੀਂ ਉੱਦਾਂ ਨਹੀਂ ਇਹ ਉਹਨੂੰ ਉਠਾ ਸਕਦੇ ਵੀ ਇਹਨਾਂ ਦਾ ਚੁਣੇ ਹੀ ਨਾ ਹੋਣ ਦਿਓ ਕੋਈ ਜੀ, ਜੇ ਕੋਈ ਖੜਾ ਹੁੰਦਾ ਤਾਂ ਜੇ ਲਾਇਕ ਆ ਤਾਂ ਉਹਨੂੰ ਆਪਣੇ ਵੱਲ ਕਰ ਦਿੰਦੇ ਸੀ ਜੀ। 1946 'ਚ ਇੱਕ ਅੰਦੋਲਨ ਵੀ ਹੋਇਆ ਸੀ ਜੀ, ਫਿਰ ਉਹ ਇੱਦਾਂ ਸੀ ਵੀ ਜਿਸ ਵੇਲੇ ਬਾਬਾ ਸਾਹਿਬ ਜੀ ਹੈ ਨਾ ਸੀਟ ਹੀ ਨਹੀਂ ਕਰ ਦਿੱਤੀ ਸੀ ਪਾਕਿਸਤਾਨ ਵੱਲ ਦੇ ਪਾਸੇ, ਉਹ ਬਾਬਾ ਸਾਹਿਬ ਜੀ ਇੱਥੇ ਆਏ ਆ ਤਾਂ ਉਹਨੇ ਇਹਨਾਂ ਨੂੰ ਇਹ ਕਿਹਾ ਸੀ, ਸੀਟ ਦਾ ਵੀ ਕਿਹਾ ਸੀ ਅਤੇ ਨਾਲੇ ਇਹ ਕਿਹਾ ਸੀ ਵੀ ਉਦੋਂ ਸਾਡੇ ਨਾਲ ਧੋਖਾ ਹੋ ਗਿਆ ਵੀ ਤੁਸੀਂ ਉਹ ਮੁੜ ਕੇ ਜਾਣੀ ਹੈ ਨਾ ਇਹਨੂੰ ਸਾਡੇ 'ਤੇ ਇੱਦਾਂ ਲਾਗੂ ਕਰੋ, ਸਾਡੀਆਂ ਉਹ ਸੀਟਾਂ ਜਿੰਨੀਆਂ ਵੀ ਰਿਜ਼ਰਵੇ ਆ ਵੀ ਉੱਥੇ ਸਾਡੇ ਬੰਦੇ ਵੋਟ ਪਾ ਕੇ ਚੁਣ ਜੀ। ਉਹ ਫਿਰ ਜਾਣੀ ਜਿਹੜੇ ਬ੍ਰਿਟਿਸ਼ ਵਾਲੇ ਕਹਿੰਦੇ ਉਹ ਕਹਿੰਦੇ ਵੀ ਦੇਖੋ ਅਸੀਂ ਇਹ ਪੜਾਵਾਂ 'ਚ ਦੇਸ਼ ਨੂੰ ਛੱਡ ਰਹੇ ਹਾਂ ਜੀ, ਵੀ ਸੀਟ ਦਾ ਤਾਂ ਉਹਨੇ ਸ਼ੋਰ ਕਰ ਦਿੱਤਾ ਸੀ ਵੀ ਬਿਲਕੁਲ ਸਿੰਪਲ ਆ ਜੀ, ਵੀ ਜਿਹੜੀ ਹੈਗੀ ਆ ਵੀ ਉਹਨੀ ਉੱਧਰ ਕਰ ਦਿੱਤੀ ਹੈ ਵੀ ਅਸੀਂ ਕਹਾਂਗੇ ਵੀ ਇੱਧਰ ਕਰੋ, ਜੋ ਨਹੀਂ ਕਰਦੇ ਤਾਂ ਉਹਨੂੰ ਕਹਾਂਗੇ ਵੀ ਤੁਹਾਡਾ ਬੰਦਾ ਕੋਈ ਰਿਜ਼ਾਈਨ ਕਰੇ ਜੀ। ਉਹ ਤਾਂ ਫਿਰ ਹੋ ਗਿਆ ਹੱਲ, ਇਹ ਫਿਰ ਉਹਨੇ ਅੰਗਰੇਜ਼ਾਂ ਨੇ ਸੁਝਾਅ ਦਿੱਤਾ ਵੀ ਜਿਹੜੀ ਕੌਂਸਟੀਚੁਐਂਟ ਅਸੈਂਬਲੀ ਹੈ ਉਹਦੇ ਵਿੱਚ ਤੁਸੀਂ ਇਹ ਗੱਲ ਕਹੋ ਜੀ, ਵੀ ਇਹ ਕਹੋ ਵੀ ਸਾਡੀਆਂ ਜਿਹੜੀਆਂ ਸੀਟਾਂ ਸਾਡੀਆਂ ਜਿੰਨੀਆਂ ਹੈਗੀਆਂ ਇੱਕ ਤਾਂ ਉਹ ਅਲੱਗ ਕਰਨ ਜੀ, ਉਹ ਜੁਆਇੰਟ ਕੀਤੀ ਹੋਈਆਂ ਸੀ ਜੀ, ਜਾਣੀ ਜਿੱਥੇ ਇੱਕ ਬੰਦਾ ਜਨਰਲ 'ਚ ਖੜ੍ਹਦਾ ਨਾਲ ਉਹ ਸੀ ਵੀ ਇਹ ਅਲੱਗ ਕਰਕੇ ਵੀ ਇੱਥੇ ਉਹੀ ਲੋਕ ਵੋਟਾਂ ਪਾ ਕੇ ਚੁਣ ਜੀ। ਤਾਂ ਉਹ ਜਿਸ ਵੇਲੇ ਗੱਲ ਰੱਖੀ ਤਾਂ ਉਹ ਫਿਰ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਗਾਂਧੀ ਹੈ ਨਾ ਸਿੱਖਿਆ ਜਦ ਉਹਦਾ ਸਭ ਤੋਂ ਜ਼ਿਆਦਾ ਨਿਕਟ ਸੀ ਉਹ ਵੱਲਭ ਭਾਈ ਪਟੇਲ ਸੀ ਜੀ, ਜਾਣੀ ਉਹ ਜ਼ਿਆਦਾ ਟਾਈਮ ਜਦ ਵੀ ਹੈ ਨਾ ਗਾਂਧੀ ਸਾਬਰਮਤੀ ਆਸ਼ਰਮ 'ਚ ਆਉਂਦਾ ਸੀ ਜੀ ਤਾਂ ਉਹਦੇ ਨਾਲ ਬੈਠਾ ਉੱਠਦਾ ਸੀ ਜੀ, ਜਾਣੀ ਉਹਨੇ ਗਾਂਧੀ ਨੇ ਉਹਨੂੰ ਇਹ ਸਮਝਾਇਆ ਸੀ ਵੀ ਜੇ ਤੁਸੀਂ ਉਦੋਂ ਮੈਂ ਮਰਨ ਵਰਤ ਰੱਖ ਕੇ ਇਹ ਕੈਂਸਲ ਕਰਵਾ ਦਿੱਤਾ ਵੀ ਜ਼ਿੰਦਗੀ ਪਰ ਮੁੜ ਕੇ ਇਹਨਾਂ ਨੂੰ ਦਿਓ ਨਾ ਜੀ, ਉਹਨੂੰ ਕਿਹਾ ਵੀ ਇਹ ਜਿਹੜੇ ਜੇ ਹੈ ਨਾ ਤੁਸੀਂ ਦੇ ਦਿੱਤਾ ਬਈ ਇਹ ਮੁਸਲਮਾਨਾਂ ਦੇ ਰਲ ਕੇ ਨਹੀਂ ਹਿੰਦੂ ਧਰਮ ਨੂੰ ਖਤਮ ਹੀ ਕਰ ਦੇਣਾ ਜੀ, ਜਾਣੀ ਇੰਨਾ ਉਹਨੂੰ ਕੀਤਾ ਸੀ ਤਾਂ ਫਿਰ ਉਹ ਬਾਬਾ ਸਾਹਿਬ ਦੀ ਗੱਲ ਜਾਣੀ ਮੰਨੀ ਨਹੀਂ ਗਈ, ਉਹ ਕਿਤਾਬ ਫਿਰ ਛਪੀ ਆ ਜਿਹੜੀ ਸਟੇਟਸ ਐਂਡ ਮਿਨੋਰਿਟੀਜ਼ ਆ, ਅਤੇ ਉਹ ਫਿਰ ਮਤਲਬ ਇਹ ਉਹ ਤੱਕ ਦੀਆਂ ਤਿੰਨ ਕਿਤਾਬਾਂ ਹੈ ਜੀ। ਅੱਛਾ, ਸ਼ੂਦਰ ਕੌਣ ਸਨ, ਹੂ ਵਾਜ਼ ਦਾ ਸ਼ੂਦਰਾ? ਦੇਖੋ ਜਿਹੜਾ ਹੈ ਨਾ ਭਾਰਤੀ ਸਮਾਜ ਜਿਸ ਤਰ੍ਹਾਂ ਬਦਲਦਾ ਰਿਹਾ ਜੀ, ਦੇਖੋ ਉਹ ਜਿਹੜੇ ਉਹਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਜੀ ਉਹਦੇ ਨਾਲ ਤਾਂ ਉਹਨੇ ਆਪ ਤਾਂ ਵਰਣ ਪੈਦਾ ਕੀਤੇ ਜੀ, ਪਰ ਲੋਕਾਂ ਨੂੰ ਦੱਸਦੇ ਰਹੇ ਆ ਵੀ ਇਹ ਪਿਛਲੇ ਜਨਮ 'ਚ ਨਹੀਂ ਮਾੜੇ ਕੰਮ ਕੀਤੇ ਜੀ, ਗਲਤ ਗੱਲਾਂ ਦੱਸਦੇ ਰਹੇ ਆ ਜੀ। ਉਹ ਫਿਰ ਜਿਹੜੀ ਬਾਬਾ ਸਾਹਿਬ ਨੇ ਕਿਤਾਬ ਉਹਨਾਂ ਨੂੰ ਲਿਖਣੀ ਪਈ ਹੈ ਨਾ ਹੂ ਵਾਜ਼ ਦੀ ਸ਼ੂਦਰਾ ਜੀ, ਇਹ ਜੋਤੀਬਾ ਫੂਲੇ ਨੂੰ ਪੇਂਟ ਕੀਤੀ ਆ ਜੀ 1946 'ਚ ਜੀ। ਉਹਦੇ ਵਿੱਚ ਦੱਸਦੇ ਆ ਵੀ ਜਿਸ ਵੇਲੇ ਇੰਡੀਆ ਦਾ ਇੰਡੋ ਆਰੀਅਨ ਸਮਾਜ ਇੱਦਾਂ ਵੱਧਦਾ ਗਿਆ ਜੀ ਵੀ ਉਹਦੇ ਵਿੱਚ ਜਿਹੜੇ ਵਰਣ ਸੀਗੇ ਜੀ ਪਹਿਲਾਂ ਤਿੰਨੇ ਹੀ ਸੀ ਜੀ, ਇਹ ਫਿਰ ਜਿਹੜੀ ਜਿਹੜੇ ਤਿੰਨਾਂ ਵਰਣਾਂ ਦੇ ਵਿੱਚ ਜਿਹੜੇ ਹੈ ਨਾ ਛੱਤਰੀ ਵਰਣ ਸੀਗਾ ਜੀ, ਬ੍ਰਾਹਮਣ ਉਹਨਾਂ 'ਤੇ ਬਹੁਤ ਜਾਣੀ ਦਖਲਅੰਦਾਜ਼ੀ ਕਰਦੇ ਸੀ ਵੀ ਜਿੱਦਾਂ ਅਸੀਂ ਕਹਿੰਦੇ ਰਾਜ ਉੱਦਾਂ ਚਲਾਓ ਜੀ, ਵੀ ਤੁਸੀਂ ਰਾਜ ਉਹਨੇ ਕਿਹਾ ਸਾਡਾ ਆ ਤੁਸੀਂ ਸਾਡੇ ਲਈ ਕੰਮ ਕਰਦੇ ਜੀ, ਉਹ ਜਿਹੜੇ ਛੱਤਰੀ ਜਾਣੀ ਪ੍ਰੋਟੈਸਟ ਕਰਦੇ ਸੀ ਉਹਨੇ ਉਹਨਾਂ ਨੂੰ ਸ਼ੂਦਰ ਬਣਾ ਦਿੱਤਾ ਜੀ, ਜਾਣੀ ਉਹ ਜਿਹੜੇ ਸੀਗੇ ਛੱਤਰੀ ਉਹ ਤਾਂ ਰਾਜ ਦਾ ਉਹ ਭਾਵ ਹਾਸਲ ਕਰਦੇ ਸੀ ਜੀ, ਜਾਣੀ ਉਹ ਬ੍ਰਾਹਮਣ ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਜਿਹੜੇ ਤੁਹਾਡੇ ਰਸਮ ਰਿਵਾਜ਼ ਕਰਦੇ ਹਾਂ
ਜੇ ਤੁਸੀਂ ਨਹੀਂ ਕਰਨਾ ਫਿਰ ਤੁਸੀਂ ਸ਼ੂਦਰ ਹੈ ਜੀ, ਇਸ ਕਰਕੇ ਫਿਰ ਸ਼ੂਦਰ ਬਣਨ ਹੋਣ 'ਚ ਆਇਆ। ਅੱਛਾ, ਅਸ਼ੂਤ ਕੌਣ ਸਨ? ਦ ਅਨਟਚੇਬਲਸ। ਹੁਣ ਇਹ ਦੇਖੋ, ਪਹਿਲਾਂ ਤਾਂ ਬੜੀ ਗੱਲ ਆ ਵੀ ਜਿਹੜੇ ਬੁੱਧ ਦੇ ਪੀਰੀਅਡ ਤੋਂ ਬਾਅਦ ਜੀ, ਜਾਣੀ ਜਿਹੜਾ ਮਨੂ ਆਉਂਦਾ ਜੀ, ਉਹ ਮਨੂ ਜਾਣੀ ਮਤਲਬ ਇਸ ਚੀਜ਼ ਦਾ ਦੇਖਦਾ ਵੀ ਲੋਕਾਂ ਨੂੰ ਤਾਂ ਅਸੀਂ ਸ਼ੂਦਰ ਬਣਾਇਆ ਸੀ ਜੀ, ਵਰਣ ਬਣਾਏ ਸੀ, ਵੀ ਬੁੱਧ ਨੇ ਇਹਨਾਂ ਨੂੰ ਕਿਉਂ ਇਕੱਠੇ ਕਰ ਦਿੱਤਾ ਜੀ, ਵੀ ਬੁੱਧ ਨੇ ਤਾਂ ਇਹਨਾਂ ਨੂੰ ਬਰਾਬਰ ਕਰ ਦਿੱਤਾ ਜੀ। ਉਹਨੂੰ ਕਿਹਾ ਵੀ ਕਿਸੇ ਇਸ ਤਰ੍ਹਾਂ ਸ਼ਾਸਨ ਚੱਲੋ ਵੀ ਮੁੜ ਕੇ ਸੱਤਾ ਆਪਣੇ ਕੋਲ ਲਈਏ, ਲੜ ਕੇ ਤਾਂ ਇਹਨੂੰ ਫਿਰ ਦੁਬਾਰਾ ਲਾਗੂ ਕਰੀਏ ਜੀ। ਉਹ ਫਿਰ ਉਹਨੂੰ ਮਨੂ ਸਿਮਰਤੀ ਲਿਖ ਕੇ ਤਾਂ ਜਿਹੜੇ ਬੋਧੀ ਸੀਗੇ ਨਾ, ਗਰੀਬ ਬੋਧੀ ਜੀ, ਉਹਨਾਂ ਨੂੰ ਅਛੂਤ ਬਣਾ ਦਿੱਤਾ ਜੀ। ਔਰ ਇਹ ਬੁੱਕ ਜਾਣੀ ਤਿੰਨ ਜਿਹੜੇ ਮਤਲਬ ਆਪਣੇ ਮਹਾਨ ਸੇਂਟ ਹੋਏ ਆ, ਗੁਰੂ ਰਵਿਦਾਸ, ਨੰਦ ਨਾਲ ਤਾਂ ਚੋਖਾ ਮਿਲਦਾ, ਉਹਨਾਂ ਨੂੰ ਪੇਂਟ ਕੀਤੀ ਹੈ ਜੀ। ਔਰ ਉਹਦੇ ਵਿੱਚ ਦੇਖੋ ਸਾਫ ਦੱਸਦੇ ਆ ਵੀ ਜਦ ਪਹਿਲਾਂ ਇਹੀ ਲੋਕ ਗਾਂ ਦਾ ਮਾਸ ਖਾਂਦੇ ਸੀ ਜੀ, ਇਹ ਯੱਗ ਕਰਦੇ ਸੀ ਜੀ, ਫਿਰ ਹੀ ਨਹੀਂ ਆਪਣੇ ਵਿੱਚ ਤਬਦੀਲੀ ਕਰ ਲਏ ਵੀ ਨਹੀਂ ਹੁਣ ਨਹੀਂ ਇਹ ਖਾਣਾ, ਵੀ ਇਹ ਮਤਲਬ ਇਹ ਆਪਣੇ ਵਿੱਚ ਸੁਧਾਰ ਕਰ ਲਈ ਜੀ, ਔਰ ਸ਼ੂਰ ਸ਼ਾਰ ਸ਼ੁਰੂ ਕਰ ਦਿੱਤੀ ਜੀ। ਜਿਹੜੀ ਅਨਟੱਚੇਬਲ ਕਿਤਾਬ ਆ ਇਹ ਫਿਰ 1948 ਦੇ ਵਿੱਚ, ਉਹ 1946 'ਚ ਹੋਊ ਪਰ ਦਿਸ਼ੋਦਰਾ ਇਹ 1948 'ਚ। ਚੌਹਾਨ ਸਾਹਿਬ ਕੁਝ ਇੱਕ ਫੋਨ ਆਇਆ, ਇਹਨਾਂ ਨੂੰ ਵੀ ਜ਼ਰੂਰ ਨਾਲ ਕਰਦੇ ਹਾਂ। ਹੁਸਨ ਲਾਲ ਚੌਹਾਨ ਵਧਾਈ ਦਿੰਦੇ ਆ, ਨਾਲ 21 ਪੌਂਡ TV ਨੂੰ, ਲੋਟਸ TV ਨੂੰ ਦੇ ਰਹੇ ਨੇ, ਮਦਨ ਚੌਹਾਨ ਦੇ ਭਤੀਜੇ ਨੇ। ਹਰੀ ਚਾਵਲਾ ਲੰਡਨ ਤੋਂ, ਬਲਵਿੰਦਰ ਇਟਲੀ ਤੋਂ, ਆਂਟੀ ਨੰਜੋ ਰੱਤੂ ਵਧਾਈ ਦਿੰਦੀ ਆ, ਝੱਲੀ ਜੀ ਦੇ ਪ੍ਰੋਗਰਾਮ ਕਰ ਰਹੇ ਹੋ, ਥੈਂਕ ਯੂ ਵੈਰੀ ਮੱਚ ਆਂਟੀ ਜੀ। ਹੰਸਰਾਮ ਮਹਿਮੀ ਜੀ ਦਾ, ਸੁਰਜੀਤ ਮਹਿਮੀ USA ਤੋਂ ਵਧਾਈ ਭੇਜ ਰਹੇ ਹਾਂ, ਉਹਨਾਂ ਦੇ ਬ੍ਰਦਰ ਹਰਭਜਨ, ਸੁਮਨ ਵਧਾਈ ਭੇਜ ਰਹੇ ਨੇ। ਸੌਣ ਦਾ ਵਕਤ ਨਹੀਂ ਹੈ, ਜਾਗੋ, ਤੁਹਾਡਾ ਸੰਵਿਧਾਨ ਖਤਮ ਹੋ ਰਿਹਾ ਹੈ, ਥੈਂਕ ਯੂ ਜੀ। ਹਰਮੇਸ਼ ਜੱਸਲ, ਸਤਿਆ ਜੱਸਲ, ਪ੍ਰੋਗਰਾਮ ਅੱਛਾ ਹੈ। ਨਿਰਮਲਾ ਭਾਟੀਆ, ਪ੍ਰੋਗਰਾਮ ਬਹੁਤ ਵਧੀਆ, ਸਤਿਆ ਸੱਲਣ ਅਤੇ ਸ਼ਾਦੀ ਸੱਲਣ, ਅੱਜ ਦਾ ਪ੍ਰੋਗਰਾਮ ਜਿਹੜਾ ਉਹਨਾਂ ਨੇ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਤੇ ਸਪੋਂਸਰ ਵੀ ਕੀਤਾ ਹੋਇਆ ਹੈ। ਦੀਸ਼ ਦਾਦਰਾ, ਸਮਿਤਰੀ ਦਾਦਰਾ, ਅਮਤਾਰ ਕੌਲ ਧਰ, ਦਰਸ਼ਨਾ ਕੌਲ ਦਾ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ। ਉਰਮਲਾ ਕੌਲ ਦੇ ਸਾਰੇ ਪਰਿਵਾਰ ਵੱਲੋਂ ਪ੍ਰੋਗਰਾਮ ਪਸੰਦ ਕੀਤਾ ਜਾਂਦਾ ਹੈ। ਰਮੇਸ਼ ਦਾਦਰਾ, ਮੀਨਾ ਦਾਦਰਾ, ਬਰਮਿੰਗਮ ਤੋਂ, ਸੋਢੀ ਰਾਮ ਜੱਸਲ, ਕਮਲੇਸ਼ ਜੱਸਲ, KL ਚਾਂਦ ਬੈਡਫੋਰਡ ਤੋਂ ਵਧਾਈ ਭੇਜ ਰਹੇ ਹਨ। ਚੰਦ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅੱਜ ਤੁਹਾਡਾ ਜਿਹੜਾ ਸੌਂਗ ਰਿਲੀਜ਼ ਹੋਇਆ ਉਹਦੇ ਲਈ ਵੀ ਮੈਂ ਤੁਹਾਨੂੰ ਵਧਾਈ ਦਿੰਦਾ। ਸੁਖਦੇਵ, ਸੁਮਨ, ਉਹ ਵੀ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹਨ, ਅਸੀਂ ਇਹਨਾਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਚੌਹਾਨ ਸਾਹਿਬ, ਮੇਰਾ ਅਗਲਾ ਸਵਾਲ ਹੈ, ਬੁੱਧਾ ਐਂਡ ਹਿਜ਼ ਧੰਮਾ ਬਾਬਾ ਸਾਹਿਬ ਨੇ ਕਦੋਂ ਲਿਖਣੀ ਸ਼ੁਰੂ ਕੀਤੀ? ਦੇਖੋ, ਬਾਬਾ ਸਾਹਿਬ ਨੇ 1935 ਦੇ ਵਿੱਚ ਐਲਾਨ ਕੀਤਾ ਹੋਇਆ ਸੀ ਵੀ ਮੈਂ ਹਿੰਦੂ ਨਹੀਂ ਰਹਿਣਾ ਜੀ, ਵੀ ਇਸ ਧਰਮ ਨੂੰ ਮੈਂ ਬਿਲਕੁਲ ਐਲਾਨ ਕਰਦਾ ਵੀ ਛੱਡਣਾ ਜੀ। ਪਰ ਫਿਰ ਉਹਨੇ ਜਿਹੜੇ ਸਾਰੇ ਧਰਮਾਂ ਦਾ ਜਾਣੀ ਅਧਿਐਨ ਕਰਕੇ ਫੈਸਲਾ ਕਰ ਲਿਆ ਸੀ ਜੀ ਵੀ ਮੈਂ ਬੁੱਧ ਧੰਮ ਅਪਣਾਉਣਾ ਜੀ। ਪਰ ਉਹ ਲੋਕਾਂ ਨੂੰ ਇਹ ਸੀਗਾ ਵੀ ਬੁੱਧ ਧੰਮ ਤਾਂ ਅੱਗੇ ਹੀ ਹੈਗਾ ਇੱਥੇ ਜੀ, ਵੀ ਅੱਗੇ ਹੈਗਾ ਹੀ ਆ ਜੀ, ਵੀ ਉਹੀ ਅਪਣਾਉਣਾ ਹੁਣ ਜੀ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਬੁੱਧ ਧੰਮ ਬਚਿਆ ਸੀਗਾ ਉਹ ਤਾਂ ਵਿਸ਼ਨੂੰ ਦੇ 9ਵੇਂ ਅਵਤਾਰ ਵਾਲਾ ਸੀ ਜੀ। ਉਹ ਇਸ ਕਰਕੇ ਫਿਰ ਉਹਨੇ ਕਿਹਾ ਵੀ ਦੇਖੋ, ਮੈਂ ਜਾਣੀ ਮਤਲਬ ਦੀਕਸ਼ਾ ਜਦ ਕਰਨੀ ਆ ਉਹ ਤੋਂ ਪਹਿਲਾਂ ਮੈਂ ਗ੍ਰੰਥ ਤਿਆਰ ਕਰਨਾ ਚਾਹੁੰਦਾ ਜੀ। ਜਾਣੀ ਉਹਨਾਂ ਦਾ ਬਹੁਤ ਡੂੰਘੀ ਸੋਚ ਸੀ ਜੀ। ਉਹ ਫਿਰ ਜਾਣੀ ਤਕਰੀਬਨ
1950 ਤੋਂ ਹੀ ਜਾਣੀ ਇਹ ਲਿਖ ਰਹੇ ਸੀ ਜੀ, ਔਰ ਬਹੁਤ ਉਹਨੇ ਡਗਾਈ ਨਾਲ ਲਿਖਿਆ ਜੀ। ਇੱਥੇ ਮੈਂ ਤੁਹਾਨੂੰ ਦੱਸਦਾ ਵੀ ਇਹ ਵੀ ਸਵਾਲ ਬਹੁਤ ਲੰਬਾ ਬਣਦਾ ਸੀ, ਇਸ ਕਰਕੇ ਇਹਨੂੰ ਮੈਂ ਚਾਰ ਹਿੱਸਿਆਂ 'ਚ ਵੰਡਿਆ ਤਾਂ ਕਿ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਇਹ ਸਮਝ ਆ ਸਕੇ ਕਿ ਸਾਰੀ ਕਹਾਣੀ ਕੀ ਆ। ਬਈ ਤਦੇ ਹੀ ਕਰਕੇ ਮੈਂ ਪਹਿਲਾਂ ਹੀ ਪੁੱਛਿਆ ਸੀਗਾ ਵੀ ਇਹ ਕਦੋਂ ਲਿਖਣੀ ਸ਼ੁਰੂ ਕੀਤੀ। ਅੱਛਾ, ਇਹਦਾ ਦੂਆ ਹਿੱਸਾ ਜਿਹੜਾ ਹੈਗਾ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਇਸ ਕਿਤਾਬ ਬਾਰੇ ਕੀ ਰਵੱਈਆ ਸੀ? ਦੇਖੋ, ਜਿਹੜਾ ਜਵਾਹਰ ਲਾਲ ਨਹਿਰੂ ਸੀ ਉਹ ਪ੍ਰਾਈਮ ਮਿਨਿਸਟਰ ਹੁੰਦਿਆਂ ਜੀ ਉਹ ਬੋਧੀ ਦੇਸ਼ਾਂ 'ਚ ਵੀ ਆਉਂਦਾ ਜਾਂਦਾ ਰਹਿੰਦਾ ਸੀ ਜੀ। ਉੱਥੇ ਉਹਨਾਂ ਨੂੰ ਇਹ ਪ੍ਰਭਾਵ ਪਾਉਂਦਾ ਵੀ ਮੈਂ ਵੀ ਬੋਧੀ ਹਾਂ ਜੀ, ਵੀ ਉੱਥੋਂ ਜੀ ਉੱਥੇ ਪੋਰਟਰੇਟ ਵੀ ਲਿਆਉਣੇ ਬੁੱਧ ਦੇ ਉਹਦੇ ਆਪਣੇ ਕਮਰੇ 'ਚ ਲਾਉਂਦਾ ਹੁੰਦਾ ਸੀ। ਮੈਂ ਉਹ ਕਮਰੇ ਦੇਖਿਆ, ਮੈਂ ਉਹ ਕਮਰਾ ਜੀ ਉੱਥੇ ਜਾਣੀ, ਮੈਂ ਤਾਂ ਖੁਦ ਜਾਣੀ ਹੈਰਾਨ ਸੀ ਵੀ ਉਹ ਇੰਨੇ ਉਹਨੂੰ ਲਾਏ ਹੋਏ ਸੀ ਜੀ। ਪਰ ਉਹ ਜਾਣੀ ਮਤਲਬ ਉਹਨੇ ਇੱਦਾਂ ਦੀ ਨੀਤੀ ਅਪਣਾਈ ਹੋਈ ਸੀ ਵੀ ਬੌਧ ਧਰਮ ਨੂੰ ਜੇ ਮੰਨੀ ਜਾਓ ਪਰ ਹਿੰਦੂ ਧਰਮ ਨੂੰ ਨਾ ਕੁਛ ਕਹੋ ਜੀ। ਜਾਣੀ ਮਤਲਬ ਉਹ ਵੀ ਚੱਲਦਾ ਰਹੇ ਵੀ ਇਹ ਵੀ ਜਾਣੀ ਵੀ ਮੈਂ ਮਤਲਬ ਕੁਰਸੀ ਮੇਰੇ ਕੋਲ ਰਹੇ ਜੀ। ਇਸ ਕਰਕੇ ਜਾਣੀ ਉਹ ਜਿਉਂ ਜਿਉਂ ਹੈਰਾਨ ਹੁੰਦਾ ਸੀਗਾ ਵੀ ਇਹ ਜਿਹੜੇ ਲੋਕ ਆ ਵੀ ਅਸੀਂ ਇਹਨਾਂ ਨੂੰ ਪੋਲੀਟੀਕਲੀ ਤਾਂ ਮਾਰ ਦੇ ਰਹੇ ਵੀ ਹੁਣ ਤਾਂ ਇਹ ਧਰਮ ਵੀ ਇਹ ਨਹੀਂ ਕਰ ਦੇਣਾ ਜੀ। ਇਸ ਕਰਕੇ ਉਹ ਜਾਣੀ ਬਿਲਕੁਲ ਨਾਂ ਦਾ ਹੀ ਉਹ ਪ੍ਰਚਾਰ ਕਰਦਾ ਸੀ ਜੀ। ਜਾਣੀ ਉਹ ਚਾਹੁੰਦਾ ਨਹੀਂ ਸੀ ਵੀ ਕੋਈ ਇੱਧਰ ਨੂੰ ਵਧੇ ਗੱਲ। ਫਿਰ ਇਹ ਕਿਤਾਬ ਕਦੋਂ ਪ੍ਰਕਾਸ਼ਿਤ ਹੋਈ? ਇਹ ਫਿਰ ਇਸ ਤਰ੍ਹਾਂ ਸੀਗੀ ਵੀ ਜਿਸ ਵੇਲੇ ਹੈ ਨਾ 1956 ਦੇ ਵਿੱਚ ਜੀ ਬਾਬਾ ਸਾਹਿਬ ਨੇ ਜਾਣੀ ਇਹ ਵੀ ਕਹਿ ਦਿੱਤਾ ਵੀ ਮੈਂ ਹੁਣ ਬੁੱਧ ਧਰਮ ਅਪਣਾ ਲਿਆ, ਡੇਟ ਵੀ ਦੇ ਦਿੱਤੀ। ਨਹਿਰੂ ਨੂੰ ਇਹ ਵੀ ਕਿਹਾ ਸੀ ਵੀ ਸਰਕਾਰ ਵੀ 2500 ਸਾਲ ਮਨਾਵੇ ਜੀ, ਉਹ ਤਾਂ ਉਹ ਮੰਨ ਗਿਆ ਜੀ ਵੀ 2500 ਸਾਲ ਅਸੀਂ ਬੁੱਧ ਦੇ ਮਨਾਵਾਂਗੇ। ਪਰ ਨਾਲ ਬਾਬਾ ਸਾਹਿਬ ਨੇ ਕਿਹਾ ਸੀ ਵੀ ਮੈਂ ਬੁੱਧਾਂ ਨੇ ਤਾਂ ਕਿਤਾਬ ਲਿਖੀ ਆ ਵੀ ਤੁਸੀਂ ਹੋਰ ਕਿਤਾਬਾਂ ਨੂੰ ਵੀ ਪੈਸੇ ਦਿੰਦੇ ਵੀ ਮੈਨੂੰ 15,000 ਰੁਪਈਆ ਚਾਹੀਦਾ ਜੀ। ਉਹ ਜਾਣੀ ਉਹਨੂੰ ਉਦੋਂ ਹੀ ਚਿੱਠੀ ਲਿਖੀ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਜੀ, ਇਹ ਵੀ ਅਸੀਂ ਨਹੀਂ ਦੇ ਸਕਦੇ ਜੀ। ਜਾਣੀ ਉਹ ਕਿਤਾਬ ਤਿਆਰ ਸੀਗੀ ਜਾਣੀ ਉਹਨੂੰ ਜਾਣੀ ਬਿਲਕੁਲ ਉਹ ਕਿਉਂਕਿ ਇਸ ਕਾਰਨ ਕੀ ਨਹੀਂ ਦਿੱਤਾ ਉਹਨੂੰ ਕਿਹਾ ਵੀ ਇਹ ਜਿਹੜੀ ਕਿਤਾਬ ਆ ਵੀ ਇਹਦੇ ਮਤਲਬ ਪਹਿਲਾਂ ਜਿਹੜਾ ਮੈਂ ਉੱਧਰ ਨੂੰ ਆ ਰਿਹਾ ਉਹ ਇਹ ਆ ਕਿ ਇਸ ਕਿਤਾਬ ਬਾਰੇ ਕਿਵੇਂ ਸਾਜ਼ਿਸ਼ ਰਚੀ ਗਈ? ਦੇਖੋ, ਪਹਿਲਾਂ ਇਹ ਹੈਗੀ ਆ ਵੀ ਪੈਸੇ ਤਾਂ ਉਹ ਨਾ ਕਰ ਦਿੱਤੇ ਜੀ, ਪਰ ਉੱਧਰੋਂ ਬਾਬਾ ਸਾਹਿਬ ਦਾ ਪ੍ਰਨਿਰਮਾਣ ਹੋ ਗਿਆ ਜੀ। ਉਹ ਫਿਰ ਜਿਹੜੀ ਕਿਤਾਬ ਸੀਗੀ ਜਿਹੜੀ ਪੀਪਲਜ਼ ਐਜੂਕੇਸ਼ਨ ਸੋਸਾਇਟੀ ਕੋਲ ਸੀ ਜੀ, ਜਾਣੀ ਉਹਨੇ ਕਿਹਾ ਵੀ ਅਸੀਂ ਇਹਨੂੰ ਕਿਤਾਬ ਨੂੰ ਛਪਾਉਂਦੇ ਹਾਂ ਜੀ। ਉਹ ਫਿਰ ਜਾਣੀ ਜਦ ਕਿਤਾਬ ਛਪੀ ਜੀ, ਉਹ ਫਿਰ ਇਹ ਨਹੀਂ ਕੀ ਕੀਤਾ ਹੈ ਨਾ ਵੀ ਉਹ ਬਹੁਤ ਨਹੀਂ ਕਰਨੀ ਪਹਿਲਾਂ ਨਹੀਂ ਨਹੀਂ ਕਿਉਂਕਿ ਉਹਨੇ ਜਾਣੀ ਮਤਲਬ ਕਿਹਾ ਵੀ ਇਹ ਜਿਹੜੀ ਕਿਤਾਬ ਆ ਵੀ ਬ੍ਰਾਹਮਣਾਂ ਤਾਂ ਇਹਦੀ ਵਿਰੋਧ ਕਰਨੀ ਕਰਨੀ ਜੀ, ਵੀ ਬੋਧੀਆਂ ਕੋਲ ਵੀ ਵਿਰੋਧ ਤਾਂ ਕਰਾਈ ਜਾਵੇ ਜੀ, ਕਿਉਂਕਿ ਉਹ ਨਹਿਰੂ ਜਿਹੜਾ ਉਹ ਤਾਂ ਪ੍ਰਾਈਮ ਮਿਨਿਸਟਰ ਸੀ, ਉਹਨੂੰ ਹੋਰ ਵੀ ਬਹੁਤ ਜਾਣਦੇ ਸੀ ਜੀ। ਜਾਣੀ ਉਹਨੂੰ ਮਤਲਬ ਦੋ ਅਖਬਾਰਾਂ ਨੂੰ ਜਾਣੀ ਲੋਕਾਂ ਨੂੰ ਕਿਹਾ ਵੀ ਮਿਲੋ ਜੀ, ਇੱਕ ਤਾਂ ਇਹ ਜਿਹੜੀ ਮਹਾਂਬੋਧੀ ਵਾਲੇ ਕੱਢਦੇ ਸੀ ਹੈ ਨਾ ਕਲਕੱਤੇ ਤੋਂ ਜੀ ਮੈਗਜ਼ੀਨ, ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕਿਤਾਬ ਪੜ੍ਹ ਕੇ ਇਹਦਾ ਰਿਵਿਊ ਕਰੋ ਜੀ। ਦੂਏ ਪਾਸੇ ਰੰਗੂਨ ਤੋਂ ਛਾਪਤੀ ਸੀ ਲਾਈਟ ਆਫ ਦੀ ਦਮਾ ਜੀ ਬਰਮਾ 'ਚੋਂ, ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਅੰਗਰੇਜ਼ੀ ਦੀ ਕਿਤਾਬ ਪੜ੍ਹ ਕੇ ਇਹਦਾ ਰਿਵਿਊ ਕਰੋ ਜੀ। ਔਰ ਨਾਲ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਇਹ ਰਿਵਿਊ ਕਰਕੇ ਇਹ ਕਹਿਣਾ ਵੀ ਬੁੱਧਾ ਨੇ ਦਮਾ ਨਹੀਂ ਜੀ, ਇਹ ਅੰਬੇਦਕਰ ਨੇ ਇਸ ਦਮਾ ਆ। ਅੱਛਾ, ਤੁਸੀਂ ਦੇਖੋ ਵੀ ਉਹ ਕਿੰਨੀ ਦਖਲਅੰਦਾਜ਼ੀ ਵੀ ਜਾਣੀ ਬੋਧੀਆਂ ਤੋਂ ਖਾਇਆ ਵੀ, ਕਿਉਂਕਿ ਉਹ ਗੱਲ ਤਾਂ ਸਹੀ ਹੈ ਜੀ, ਉਹ ਜਿਹੜੇ ਆਪਣੇ ਆਪ ਨੂੰ ਬੋਧੀ ਕਹਾਉਂਦੇ ਬੋਧੀ ਤਾਂ ਉਹ ਰਹੇ ਨਹੀਂ ਸੀ ਜਦੋਂ ਵਿਸ਼ਨੂੰ ਨੂੰ ਮਨ ਲੱਭ ਪਿਆ ਸੀ ਜੀ।
ਜਿਹੜਾ ਬੰਦਾ ਬੁੱਧ ਨੂੰ ਛੱਡ ਕੇ ਵਿਸ਼ਨੂੰ ਨੂੰ ਨਵਾਂ ਅਵਤਾਰ, ਉਹਦਾ ਮੈਂ ਕਹਿੰਦਾ ਫਿਰ ਤਾਂ ਬੁੱਧੀ ਰਿਹਾ ਹੀ ਨਹੀਂ। ਇਸ ਕਰਕੇ ਤਾਂ ਨਹੀਂ, ਇਹ ਸਾਜਿਸ਼ ਸੀ। ਥੈਂਕ ਯੂ। ਅੱਛਾ, ਹੋਰ ਫੋਨ ਆਏ ਨੇ। ਕੁੰਦਨ ਕੌਲ ਲੰਡਨ ਤੋਂ ਵਧਾਈ ਭੇਜਦੇ ਨੇ, ਨਾਲ ਉਹ 100 ਪਾਉਂਡ ਕਮੇਟੀ ਨੂੰ ਦਾਨ ਕਰਦੇ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਰਾਮ ਪ੍ਰਕਾਸ਼ ਜੱਖੂ ਜੀ ਦੇ ਪਰਿਵਾਰ ਵੱਲੋਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿਹੜਾ ਅਗਲਾ ਸਵਾਲ ਆ, ਜੋ ਕਿਤਾਬਾਂ ਅਣਛਪੀਆਂ ਰਹਿ ਗਈਆਂ ਉਹਨਾਂ ਬਾਰੇ ਜਾਣਨਾ ਪਾਓਗੇ? ਦੇਖੋ, ਜਿਹੜੀਆਂ ਕਿਤਾਬਾਂ ਦਾ ਹੁਣ ਤੱਕ ਆਪਾਂ ਜ਼ਿਕਰ ਕੀਤਾ ਜੀ, ਉਹ ਉਹਨਾਂ ਦੇ ਲਾਈਫ ਕਾਲ 'ਚ ਛਪ ਗਈਆਂ ਸੀ ਜੀ। ਕਈ ਕਿਤਾਬਾਂ ਨੂੰ ਟਾਈਮ ਲੱਗਣਾ ਸੀ ਜੀ, ਤਾਂ ਬੜੀ ਤਾਂ ਗੱਲ ਆ ਵੀ ਇਹ ਤਾਂ ਪਤਾ ਨਹੀਂ ਸੀ ਵੀ ਉਹਨੇ ਕਦੋਂ ਇਸ ਦੁਨੀਆਂ ਤੋਂ ਚਲੇ ਜਾਣਾ ਜੀ। ਜਾਣੀ ਇਹ ਬੁੱਧਾਂ ਨੇ ਦੰਮਾਂ ਦਾ ਵੀ ਜਿਹੜਾ ਉਹਨੇ ਪ੍ਰਫੇਸ ਉਦਣ ਨੂੰ ਲਿਖਿਆ ਸੀ ਜੀ, ਉਸ ਰਾਤ ਨੂੰ ਹੀ ਕੰਪਲੀਟ ਕੀਤਾ ਸੀ, ਰਾਤ ਨੂੰ ਕੀਤਾ ਸੀ ਤਾਂ ਉਹ ਹੋ ਗਏ ਸੀ ਜੀ। ਪਰ ਬਾਕੀ ਜਿਹੜੀਆਂ ਕਿਤਾਬਾਂ ਸੀਗੀਆਂ ਉਹਨਾਂ ਦੇ ਇੱਦਾਂ ਉਹਨੇ ਟਰੰਕ ਰੱਖੇ ਹੋਏ ਸੀ ਜੀ। ਉਹ ਫਿਰ ਜਾਣੀ ਮਤਲਬ ਜਿਸ ਵੇਲੇ ਉਹਨਾਂ ਦੀ ਮੌਤ ਹੋ ਗਈ ਹੈ ਨਾ, ਤਾਂ ਉਸ ਵੇਲੇ ਹੁਣ ਉਹ ਸਵੇਤਾ ਅੰਬੇਡਕਰ ਉਹਨਾਂ ਦੀ ਪਤਨੀ ਸੀ ਜੀ, ਤਾਂ ਜਸਵੰਤ ਲੜਕਾ ਸੀ ਜੀ, ਉਹ ਜਾਣੀ ਇਹਨਾਂ ਝਗੜਾ ਸ਼ੁਰੂ ਹੋ ਗਿਆ ਜੀ। ਜਾਣੀ ਉਹ ਝਗੜਾ ਸ਼ੁਰੂ ਹੋ ਗਿਆ, ਦੇਖੋ ਬੜੀ ਤਾਂ ਗੱਲ ਆ ਵੀ ਝਗੜਾ ਤਾਂ ਜਾਂ ਜਾਇਦਾਦ ਦਾ ਪੈਸੇ ਦਾ ਹੋਣਾ ਚਾਹੀਦਾ, ਕਿਤਾਬਾਂ ਦਾ ਤਾਂ ਹੋਣਾ ਨਹੀਂ ਚਾਹੀਦਾ ਜੀ। ਉਹ ਜਾਣੀ ਪੁਲਿਸ ਵੀ ਜਿਹੜੀ ਖਰਾਬ ਸੀ ਜੀ, ਉਹ ਕਹਿੰਦੇ ਵੀ ਨਹੀਂ ਨਹੀਂ ਇਹ ਵੀ ਮਤਲਬ ਚ ਕਿਤਾਬਾਂ ਤੋਂ ਪੈਸੇ ਮਿਲਦੇ ਜਿੱਦਾਂ ਵੀ ਇਹ ਵੀ ਅਸੀਂ ਲੈ ਜਾਣੀ ਹੈ ਜੀ। ਜਾਣੀ ਉਹ ਟੈਂਚੀ ਟਰੰਕ ਭਰਿਓ ਲੈ ਗਏ ਉਹ ਜੀ, ਜਾਣੀ ਉਹ ਫਿਰ ਉਹ ਅਣਛਪੀਆਂ ਰਹਿ ਗਈਆਂ। ਹਾਂਜੀ, ਇਹਨਾਂ ਕਿਤਾਬਾਂ ਬਾਰੇ ਸਰਕਾਰ ਅਤੇ RSS ਦਾ ਕੀ ਰਵੱਈਆ ਸੀ, ਇਹ ਤਾਂ ਜਾਣਨਾ ਪਾਊਗਾ? ਦੇਖੋ ਬੜੀ ਤਾਂ ਗੱਲ ਇਹ ਹੈਗੀ ਆ ਵੀ ਜਿਹੜੀ ਸਰਕਾਰ ਤਾਂ ਵਿਰੁੱਧ ਸੀ ਜੀ, ਜਿਹੜਾ ਜਵਾਹਰ ਲਾਲ ਨਹਿਰੂ ਸੀ ਉਹ ਵਿਰੁੱਧ ਸੀਗਾ। ਉਹ ਨਹਿਰੂ ਤਾਂ ਫਿਰ ਉਹ ਬਹੁਤ ਦੇਰ ਬਾਅਦ, ਉਹਦੀ ਤਾਂ 1964 ਤੋਂ ਮੌਤ ਹੋਈ ਜੀ। ਜਿਹੜੀ RSS ਆ ਉਹ ਪਹਿਲਾਂ ਹੀ ਇਹਨਾਂ ਕਿਤਾਬਾਂ ਦੇ ਵਿਰੁੱਧ ਸੀ ਜੀ, ਕਿਉਂਕਿ ਇਹ ਤਾਂ ਮਤਲਬ ਜੋ ਕੁਝ ਉਹ ਕਰਦੇ ਆ ਕਰੋੜਾਂ ਦੇਵੀ ਦੇਵਤਿਆਂ ਦੀਆਂ, ਹੋਰ ਅੰਧ ਵਿਸ਼ਵਾਸ ਦਾ, ਉਹ ਸਾਰਾ ਮਤਲਬ ਉਹ ਕਹਿੰਦੇ ਸੀ ਵੀ ਇਹ ਜਿਹੜੀਆਂ ਕਿਤਾਬਾਂ ਉਹਨਾਂ ਲਈ ਖਤਰਨਾਕ ਆ ਜੀ। ਇਸ ਕਰਕੇ ਜਾਣੀ ਉਹ ਚਾਹੁੰਦੇ ਸੀ ਵੀ ਇਹ ਇੱਦਾਂ ਹੀ ਜਾਣੀ ਨਸ਼ਟ ਹੋ ਜਾਣ ਜੀ, ਵੀ ਇਹ ਛਪਣਾ ਹੀ ਨਾ। ਅੱਛਾ, ਇਹਨਾਂ ਅਣਛਪੀਆਂ ਕਿਤਾਬਾਂ ਬਾਰੇ ਕਦੋਂ ਚਰਚਾ ਹੋਣ ਲੱਗੀ, ਇਹ ਤਾਂ ਜਾਣਨਾ ਪਾਓਗੇ? ਦੇਖੋ ਜਿਹੜਾ ਹੁਣ ਆਪਾਂ ਕਿਸੇ ਵੀ ਮੂਵਮੈਂਟ ਨੂੰ ਦੇਖਦੇ ਹਾਂ ਜੀ, ਕਈ ਤਾਂ ਬੰਦੇ ਜਾਣੀ ਮਤਲਬ ਕਿਤਾਬ ਪੜ੍ਹਦੇ ਆ ਉਹਨਾਂ 'ਤੇ ਅਸਰ ਨਹੀਂ ਹੁੰਦਾ ਜੀ, ਕਿਉਂਕਿ ਉਹਨਾਂ ਦਾ ਧਿਆਨ ਨਹੀਂ ਹੁੰਦਾ ਜੀ। ਉਹ ਜਦ ਮਾਨਵਰ ਕਾਂਸ਼ੀ ਰਾਮ ਨੇ ਐਨਹੀਲੇਸ਼ਨ ਆਫ ਕਾਸਟ 1965 'ਚ ਪੜ੍ਹੀ ਸੀ ਜੀ, ਉਹ ਤੁਸੀਂ ਉਹ ਕਿਤਾਬ ਦਾ ਹੀ ਅਸਰ ਹੋਇਆ ਜੀ। ਜਾਣੀ ਉਹ ਕਿਤਾਬ ਪੜ੍ਹ ਕੇ ਉਹਨੇ ਕਿਹਾ ਵੀ ਜੋ ਕੋ ਬਾਬਾ ਸਾਹਿਬ ਕਹਿੰਦੇ ਸੀ ਵੀ ਮੈਂ ਤਾਂ ਉਹ ਕਾਰਵਾਂ ਨੂੰ ਅੱਗੇ ਲਿਜਾਣਾ ਜੀ। ਤਾਂ ਫਿਰ ਉਹ ਨਹੀਂ ਸੀ ਇਹ ਕਿਤਾਬ ਨੂੰ ਜ਼ਿਆਦਾ ਪੜ੍ਹਿਆ, ਫਿਰ ਦੂਸਰੀ ਉਹ ਨਹੀਂ ਪੜ੍ਹੀ ਸੀ ਬਟ ਕਾਂਗਰਸ ਐਂਡ ਗਾਂਧੀ ਹੈਡ ਡੰਪ ਦੀ ਅਨਟਚੇਬਲ। ਹਾਂ, ਉਹ ਜਾਣੀ ਜਿਸ ਵੇਲੇ ਉਹ ਕਿਤਾਬਾਂ ਪੜ੍ਹੀਆਂ ਤਾਂ ਫਿਰ ਉਹ ਕਹਿੰਦੇ ਵੀ ਇਹ ਕਿਤਾਬਾਂ ਤਾਂ ਜਿਹੜੀਆਂ ਹੈਗੀਆਂ ਵੀ ਛਪੀਆਂ ਉਹ ਤਾਂ ਹੋਈ ਆ, ਵੀ ਜਿਹੜੀ ਅਣਛਪੀਆਂ ਉਹ ਵੀ ਛਪਣੀਆਂ ਚਾਹੀਦੀਆਂ ਜੀ, ਵੀ ਇਹ ਤਾਂ ਸਰਕਾਰ ਨੂੰ ਕਹਿਣਾ ਚਾਹੀਦਾ ਜਾਂ ਅਦਾਲਤ 'ਚ ਜਾਣਾ ਚਾਹੀਦਾ ਜੀ। ਇਹ ਫਿਰ ਜਾਣੀ ਨਵੀਂ ਗੱਲ ਚੱਲ ਪਈ ਜੀ, ਵੀ ਇਹ ਜਾਣੀ ਮਤਲਬ ਇਹ ਕੋਈ ਨਾ ਕੋਈ ਕਰਨਾ ਚਾਹੀਦਾ ਤਾਂ ਕਿ ਉਹ ਵੀ ਛਪਣ। ਅਦਾਲਤ ਨੇ ਕਦੋਂ ਇਹਨਾਂ ਕਿਤਾਬਾਂ ਬਾਰੇ ਨਿਰਣਾ ਲਿਆ? ਫਿਰ ਉਹ ਇਸ ਤਰ੍ਹਾਂ ਸੀ ਵੀ ਦੇਖੋ, ਇੱਥੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਇਹਦੇ ਬਾਰੇ ਸਵੀਤਾ ਅੰਬੇਡਕਰ ਤਾਂ ਜਸਵੰਤ ਦਾ ਵੀ ਬਹੁਤ ਭੈੜਾ ਰੋਲ ਆ ਜੀ, ਕਿਉਂ ਉਹਨਾਂ ਨੂੰ ਲੋਕ ਬਹੁਤ ਮਿਲਦੇ ਸੀ ਵੀ ਤੁਸੀਂ ਹੋਰ ਜਿਹੜਾ ਝਗੜਾ ਗੱਲ ਦੇ ਵੱਖਰੀ ਆ ਵੀ ਕਿਤਾਬਾਂ ਬਾਰੇ ਸਹਿਮਤ ਹੋ ਜਾਓ ਜੀ।
ਵੀ ਇਹ ਤਾਂ ਲੋਕ ਪੜ੍ਹਨਾ ਚਾਹੁੰਦੇ ਆ, ਪਰ ਉਹ ਸਹਿਮਤ ਨਹੀਂ ਸੀ ਹੁੰਦੇ ਜੀ, ਕਿਉਂਕਿ ਜ਼ਿੱਦਬਾਜ਼ੀ ਜਿਹੜੀ ਹੁੰਦੀ ਹੈ ਜੀ। ਫਿਰ ਉਹ ਬਹੁਤ ਲੋਕਾਂ ਨੇ ਪਟੀਸ਼ਨਾਂ ਯਾਨੀ ਕੋਰਟ ਦੇ ਵਿੱਚ ਪਾਈਆਂ ਵੀ ਇਹ ਕਿਤਾਬਾਂ ਯਾਨੀ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਛਪਣ, ਕਿਉਂਕਿ ਵੀ ਇਹ ਤਾਂ ਕਿਹੜੀ ਉਹਨਾਂ ਦੀ ਜਾਇਦਾਦ ਹੈ, ਇਹ ਤਾਂ ਲੋਕਾਂ ਲਈ ਲਿਖੀਆਂ, ਦੇਸ਼ ਲਈ ਲਿਖੀਆਂ। ਵੀ ਕਿਤਾਬ ਜਿਹੜੀ ਕੋਈ ਲਿਖਦਾ ਉਹਦਾ ਮਤਲਬ ਹੁੰਦਾ ਲੋਕ ਪੜ੍ਹਨ ਜੀ, ਇਹ ਥੋੜ੍ਹਾ ਵੀ ਉਦਾਂ ਹੀ ਵਿੱਚ ਬਰਬਾਦ ਹੋ ਜਾਵੇ ਜੀ। ਫਿਰ ਉਹ ਯਾਨੀ ਕੋਰਟ ਨੇ ਯਾਨੀ ਫੈਸਲਾ ਲੈ ਲਿਆ ਵੀ ਇਹ ਕਿਤਾਬਾਂ ਜਿਹੜੀਆਂ ਇਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਛਪਣਗੀਆਂ ਜੀ। ਨਾਲ ਉਹਨੇ ਇਹ ਕਿਹਾ ਵੀ ਜਿਹੜੀ ਮਤਲਬ ਸਰਕਾਰ ਇਹਦੀ ਜ਼ਿੰਮੇਵਾਰੀ ਲਵੇ ਜੀ, ਇਹਨੂੰ ਲੱਭੇ ਔਰ ਇਹਨੂੰ ਦੇਖੇ ਵੀ ਕਿੱਦਾਂ ਦੀ ਹਾਲਤ ਦੇ ਵਿੱਚ ਆ, ਕਮੇਟੀ ਬਣੇ ਤਾਂ ਕਿਤਾਬਾਂ ਛਪਣ ਜਾਣੀ। ਤਾਂ ਫਿਰ ਮਹਾਰਾਸ਼ਟਰ ਸਰਕਾਰ ਦੁਆਰਾ ਪਹਿਲਾ ਵੋਲੀਅਮ ਕਦੋਂ ਛਪਿਆ? ਉਹ ਫਿਰ ਇਸ ਤਰ੍ਹਾਂ ਹੋਈ ਵੀ ਪਹਿਲਾਂ ਤਾਂ ਇਹ ਕੰਮ ਬਹੁਤ ਵੱਡਾ ਸੀ ਜੀ, ਕਿਉਂਕਿ ਉਹ ਜਿਹੜਾ ਟਰੰਕਾਂ ਦੇ ਵਿੱਚ ਪੇਪਰ ਵੀ ਬਹੁਤਾ ਧੁਆਂਖਿਆ ਜਿਹਾ ਹੋ ਗਿਆ ਸੀ ਜੀ। ਉਹ ਫਿਰ ਜਾਣੀ ਜਿਹੜੀ ਕਮੇਟੀ ਬਣੀ ਜਾਣੀ ਉਹਨਾਂ ਦੀ ਡਿਊਟੀ ਲੱਗੀ ਵੀ ਪਹਿਲਾਂ ਤੁਸੀਂ ਇਹਨੂੰ ਆਪ ਪੜ੍ਹੋ ਵੀ ਕਿੰਨੀਆਂ ਕੁ ਖਰਾਬ ਹੋਈਆਂ ਜੀ। ਉਹ ਜਾਣੀ ਬੰਦਿਆਂ ਨੇ ਬਹੁਤ ਮਿਹਨਤ ਦੇ ਨਾਲ ਪੜ੍ਹਿਆ ਔਰ ਪੜ੍ਹ ਕੇ ਜਾਣੀ ਉਹਨੇ ਕਿਹਾ ਵੀ ਇਹ ਛਪ ਸਕਦੀਆਂ ਜੀ। ਉਹ ਫਿਰ ਜਿਹੜਾ ਪਹਿਲਾ ਵੋਲੀਅਮ ਹੈ 1979 'ਚ ਛਪਿਆ। ਅੱਛਾ, ਤਾਂ ਬਹੁਜਨ ਸਮਾਜ ਵੱਲੋਂ ਕੀ ਪ੍ਰਤੀਕਰਮ ਹੋਇਆ? ਉਹ ਦੇਖੋ ਬੜੀ ਤਾਂ ਗੱਲ ਆ ਵੀ ਜਿਹੜੀ ਕਿਤਾਬਾਂ ਦੀ ਇਹ ਮਿਹਰਬਾਨੀ ਆ, ਜਿਹੜਾ ਜਿਹੜਾ ਬਹੁਜਨ ਸਮਾਜ ਕਾਰਵਾਂ ਚੱਲਿਆ, ਮਾਨਵਰ ਕਾਂਸ਼ੀ ਰਾਮ ਨੇ ਉਹ ਪੜ੍ਹੀ ਦੂਸਰੀ ਕਿਤਾਬਾਂ, ਫਿਰ ਉਹ ਤਾਂ ਜਿਹੜੀ ਬੰਬ ਸਫ ਆ ਉਹ ਤਾਂ ਸਾਰੇ ਪੜ੍ਹੇ ਲਿਖੇ ਸੀ ਜੀ। ਫਿਰ ਉਹ ਇੱਦਾਂ ਸੀਗੀ ਵੀ ਉਹੋ ਹੀ ਸਾਰੀ ਮਤਲਬ ਇਹ ਜਿਹੜਾ ਹੈ ਨਾ ਮਤਲਬ ਕਾਰਵਾਂ ਦੇ ਇਸ ਕਰਕੇ ਚੱਲਿਆ, ਉਹ ਪੜ੍ਹੇ ਲਿਖੇ ਸੀ ਆਪ ਵੀ ਪੜ੍ਹਦੇ ਸੀਗੇ, ਫਿਰ ਉਹ ਜਿਉਂ ਜ਼ਿਆਦਾ ਵੋਲੀਅਮ ਛਪਦਾ ਸੀ ਉਦੋਂ ਹੀ ਪੜ੍ਹ ਲੈਂਦੇ ਸੀ ਉਹ ਜੀ। ਇਕੱਠੇ ਇਕੱਠੀਆਂ ਕਿਤਾਬਾਂ ਕਰਕੇ ਸਾਰੇ ਛਪੇ ਆ। ਅੱਛਾ, ਰਿਡਲ ਇਨ ਹਿੰਦੂਇਜ਼ਮ ਪ੍ਰਕਾਸ਼ਿਤ ਹੋਣ ਨਾਲ ਕਿਹੋ ਜਿਹਾ ਪ੍ਰਤੀਕਰਮ ਹੋਇਆ ਇਹਦੇ ਬਾਰੇ ਜਾਣਨਾ ਚਾਹੁੰਦੇ? ਇਹ ਦੇਖੋ ਜਿਹੜਾ ਰਿਡਲ ਇਨ ਹਿੰਦੂਇਜ਼ਮ ਜਿਹੜੀ ਛਪੀ ਹੈ ਜੀ, ਇਹ ਚੌਥਾ ਵੋਲੀਅਮ ਹੈ ਜੀ। ਉਹ ਫਿਰ 1987 ਛਪੀ ਜੀ, ਕਿਉਂਕਿ ਹੁਣ ਬਾਕੀ ਤਾਂ ਲੋਕ ਕਿਤਾਬਾਂ ਪੜ੍ਹਦੇ ਰਹੇ, ਹੋਰਨਾਂ ਨੂੰ ਵੀ ਦੱਸਦੇ ਰਹੇ ਜੀ, ਪਰ ਇਹ ਜਿਹੜੀ ਕਿਤਾਬ ਆ ਇਹ ਉਹਨਾਂ ਦੇ ਦੇਵੀ ਦੇਵਤਿਆਂ ਬਾਰੇ ਹੈ ਜੀ। ਉਹਨਾਂ ਦਾ ਜਿਹੜਾ ਅੰਧ ਵਿਸ਼ਵਾਸ ਆ, ਜਿਹੜੀਆਂ ਉਹਨੀ ਵਿੱਚ ਗੱਲਾਂ ਕਹੀਆਂ ਹੋਈਆਂ ਜੀ, ਉਹ ਹਿੰਦੂ ਧਰਮ ਦੀਆਂ ਪਹੇਲੀਆਂ ਜਾਂ ਬੁਝਾਰਤਾਂ ਜੀ। ਉਹ ਜਿਸ ਵੇਲੇ ਉਹ ਉਹਨਾਂ ਨੂੰ ਪਤਾ ਲੱਗਾ ਵੀ ਇਹ ਕਿਤਾਬ ਛਪ ਗਈ ਆ, ਵੀ ਛਪਾਈ ਵੀ ਗਈ ਹੈ ਮਹਾਰਾਸ਼ਟਰ ਸਰਕਾਰ ਨੇ ਜੀ, ਉਹ ਜੀ ਇੰਨੇ ਔਖੇ ਹੋਏ ਵੀ ਇਹ ਤਾਂ ਜਿਹੜੀ RSS ਆ ਉਹਨਾਂ ਦਾ ਹੈੱਡਕੁਆਰਟਰ ਨਾਗਪੁਰ ਆ ਜੀ, ਉਹ ਕਹਿੰਦੇ ਵੀ ਆਪਾਂ ਨੂੰ ਤਾਂ ਇਹਦਾ ਵਿਰੋਧ ਕਰਨਾ ਚਾਹੀਦਾ ਜੀ, ਵੀ ਇਹ ਬੈਨ ਹੋਵੇ। ਆ ਸ਼ਿਵਸੈਨਾ ਵਾਲੇ ਵੀ ਨਾਲ, ਹੋਰ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਉਹਨਾਂ ਦੇ ਜਿੰਨੇ ਸੰਗਠਨ ਆ ਜੀ। ਅਖੀਰ ਜੀ ਜਾਣੀ ਉਹ ਮਹਾਰਾਸ਼ਟਰ ਸਰਕਾਰ ਦੇ ਵਿਰੁੱਧ ਜਾਣੀ ਉਹਨੀ ਡੈਮੋਸਟ੍ਰੇਸ਼ਨ ਕੀਤੀਆਂ ਜੀ, ਪਰ ਉਹਨਾਂ ਦੇ ਡੈਮੋਸਟ੍ਰੇਸ਼ਨ ਦੇ ਵਿੱਚ ਜਦ ਇੰਨਾ ਉਹਨੇ ਜ਼ੋਰ ਲਾਇਆ, 5000 ਬੰਦਾ ਸੀ ਜੀ, ਜਾਣੀ 5000 ਬੰਦਾ ਕਹਿ ਰਿਹਾ ਸੀ ਵੀ ਕਿਤਾਬ 'ਤੇ ਬੈਨ ਲੱਗੇ ਜੀ। ਪਰ ਦੂਸਰੇ ਪਾਸੇ ਤੁਸੀਂ ਦੇਖੋ ਵੀ ਉਹ ਜਿਹੜੇ ਬੁੱਧੀਜੀਵੀ ਸੀਗੇ, ਹੋਰ ਲੋਕ ਸੀਗੇ ਬਾਬਾ ਸਾਹਿਬ ਨੂੰ ਮੰਨਣ ਵਾਲੇ, ਉਹਨੇ ਕਿਹਾ ਵੀ ਇਹ ਤਾਂ ਬਹੁਤ ਧੱਕਾ ਹੈ ਜੀ, ਵੀ ਮਨੂ ਸਿਮ੍ਰਤੀ 'ਤੇ ਕਿਸੇ ਨੇ ਬੈਨ ਨਹੀਂ ਲਾਏ ਜੀ, ਤੁਲਸੀਦਾਸ ਦੀ ਰਮਾਇਣ 'ਤੇ ਨਹੀਂ ਲਾਈ, ਹੋਰ ਇੰਨੀਆਂ ਗਲਤ ਕਿਤਾਬਾਂ ਹੈ ਜੀ, ਬਈ ਇਹ ਜੇ ਬਾਬਾ ਸਾਹਿਬ ਲਿਖਿਆ ਉਹਦਾ ਜਵਾਬ ਦੇਣ। ਉਹੀ ਨਾ ਵੀ ਬਾਜੂਬਲ ਦੇ ਜ਼ੋਰ ਦੇ ਨਾਲ ਨਹੀਂ, ਤੁਸੀਂ ਇਹਦੀ ਦਲੀਲ ਦੇ ਨਾਲ ਇਹਦਾ ਜਵਾਬ ਦਿਓ। ਕਿਹਾ ਵੀ ਪਹਿਲਾਂ ਕਿਤਾਬ ਤੁਸੀਂ ਤਾਂ ਜੇ ਪੜ੍ਹੀ ਨਹੀਂ ਜੀ, ਵੀ ਤੁਸੀਂ ਉੱਦਾਂ ਹੀ ਕਹੀ ਜਾਂਦੇ ਵੀ ਬੈਨ ਜੀ, ਵੀ ਤੁਸੀਂ ਕਹੀ ਜਾਂਦੇ ਵੀ ਸਾਡੇ ਤਾਂ ਦੇਵੀ ਦੇਵਤਿਆਂ ਬਾਰੇ। ਉਹਨੇ ਕਿਹਾ ਵੀ ਤੁਸੀਂ ਮਤਲਬ ਉਹ ਪਰ ਜਿਹੜੇ ਹੱਕ 'ਚ ਪ੍ਰੋਟੈਸਟ ਕਰਨ ਵਾਲੇ 500,000 ਸੀ ਜੀ, ਯਾਨੀ ਪੁਲਿਸ ਦੀ ਰਿਪੋਰਟ ਆ ਵੀ ਉਹ ਉੱਧਰ ਜ਼ਿਆਦਾ ਤੋਂ ਜ਼ਿਆਦਾ 5,000 ਸੀ
ਫਿਰ ਉਹ ਮਹਾਰਾਸ਼ਟਰ ਦੀ ਸਰਕਾਰ ਨੇ ਕਿਹਾ ਵੀ ਇਹ ਕਿਤਾਬ ਬੈਨ ਨਹੀਂ ਹੋਣੀ ਜੀ। ਇਹ ਉਹ ਸ਼ਰਦ ਪਵਾਰ ਉਦੋਂ ਮੁੱਖ ਮੰਤਰੀ ਸੀ, ਇਹਨੇ ਕਿਹਾ ਵੀ ਅਸੀਂ ਸਿਰਫ ਇੰਨਾ ਲਿਖ ਦੇਣਾ ਵੀ ਇਹ ਕਿਤਾਬਾਂ ਅਸੀਂ ਛਪਾ ਰਹੇ ਹਾਂ ਵਿਚਾਰ ਡਾਕਟਰ ਅੰਬੇਡਕਰ ਦੇ ਜੀ। ਇਸ ਕਰਕੇ ਫਿਰ ਉਹ ਰੁਕੀ ਨਹੀਂ ਜਾਣੀ, ਧੜਾਧੜ ਛਪਦੀਆਂ ਰਹੀਆਂ ਜੀ। ਅੱਛਾ, ਕੀ ਸਾਰੇ ਭਾਸ਼ਣ ਅਤੇ ਲਿਖਤਾਂ ਵੋਲੀਅਮ ਰਾਹੀਂ ਪ੍ਰਕਾਸ਼ਿਤ ਹੋ ਚੁੱਕੇ ਹਨ? ਦੇਖੋ, ਇਹ ਹੈਗੀ ਆ ਵੀ ਬਹੁਤ ਚੰਗੀ ਗੱਲ ਹੋਈ ਆ ਵੀ ਜਿਹੜੀਆਂ ਪਹਿਲਾਂ ਛਪੀ ਹੋਈਆਂ ਸੀ ਜੀ ਇਹ ਅਣਛਪੀਆਂ ਜੀ, ਫਿਰ ਬਹੁਤ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਸੀਗੀਆਂ ਕਈ ਲੋਕਾਂ ਕੋਲ ਵੀ ਸੀ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੱਟਦਾ ਕਿਉਂਕਿ ਆਪਣਾ ਟਾਈਮ ਖਤਮ ਹੋਣੇ ਵਾਲਾ ਆ। ਹਾਂਜੀ, ਇੱਥੇ ਗਿਆਨੀ ਗੁਰਮੁਖ ਸਿੰਘ ਗੁਰੂ ਨਾਨਕ ਸਿੱਖ ਟੈਂਪਲ ਵਾਲਸਲ ਤੋਂ ਕਹਿੰਦੇ ਆ ਕਿ ਬੰਦਾ ਬਹੁਤ ਅੱਛਾ ਬੋਲ ਰਿਹਾ, ਮੈਂ ਬਹੁਤ ਕਹਿੰਦਾ ਸ਼ਲਾਘਾ ਕਰਦਾ ਇਹਨਾਂ ਦੀ। ਵੈਰੀ ਮੱਚ ਜੀ। ਹਾਂਜੀ, ਇਸ ਕਰਕੇ ਦੇਖੋ ਪਹਿਲਾਂ ਤਾਂ ਬੜੀ ਗੱਲ ਆ ਵੀ ਉਹ ਜਿੰਨੇ ਵੋਲੀਅਮ ਉਹ ਛਪ ਗਏ ਜੀ ਔਰ ਉਹ ਲੋਕਾਂ ਨੇ ਇੰਨੇ ਪਸੰਦ ਕੀਤੇ ਆ ਜੀ। ਹੁਣ ਬੜੀ ਤਾਂ ਗੱਲ ਆ ਵੀ ਜਿਹੜੀ ਬਾਂਸਫ ਸੀਗੀ ਹੈ ਨਾ ਜੀ, ਬਾਂਸਫ ਉਹ ਪ੍ਰਬੰਧ ਕਰਦੀ ਸੀ ਵੀ ਇਹ ਕਿਤਾਬਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ 'ਚ ਪਹੁੰਚਾਈਆਂ ਜਾਣ। ਟਾਈਮ ਹੋ ਗਿਆ? ਨਹੀਂ, ਕਰੀ ਹੁਣ ਤੁਸੀਂ। ਹਾਂਜੀ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਪਹੁੰਚ ਕੀਤੀਆਂ ਜਾਣ ਜੀ। ਹਾਂ, ਇਸ ਕਰਕੇ ਜਾਣੀ ਮਤਲਬ ਇਹ ਕਿਤਾਬਾਂ ਦਾ ਬਹੁਤ ਇਹ ਜਾਣੀ ਚੰਗਾ ਕੰਮ ਹੋਇਆ ਜੀ। ਹਾਂਜੀ, ਚੌਹਾਨ ਸਾਹਿਬ ਆਪਣਾ ਪ੍ਰੋਗਰਾਮ ਜਿਹੜਾ ਉਹ ਟਾਈਮ ਲੰਘ ਚੁੱਕਿਆ। ਅੱਛਾ, ਕੰਟੀਨਿਊਸ ਕਰ ਰਹੀ ਹੈ ਕਿਉਂਕਿ ਚਲ ਸ਼ਾਇਦ ਯੂਟਿਊਬ 'ਤੇ ਇਹ ਸਾਰਾ ਪ੍ਰੋਗਰਾਮ ਫਿਰ ਗਾਂਹ ਜਾਊਗਾ। ਅੱਗੇ ਹੈਗਾ ਕੀ ਇਹ ਲਿਖਤਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ? ਹਾਂ, ਕਿਉਂਕਿ ਫਿਰ ਉਹ ਇੱਦਾਂ ਸੀ ਵੀ ਇਹ ਜ਼ਿਆਦਾ ਲਿਖਤਾਂ ਇੰਗਲਿਸ਼ ਦੇ ਵਿੱਚ ਸੀ ਜੀ, ਕਿਉਂਕਿ ਬਾਬਾ ਸਾਹਿਬ ਨੇ ਜਿਹੜੇ ਜ਼ਿਆਦਾ ਇੰਗਲਿਸ਼ 'ਚ ਲਿਖੀਆਂ ਜੀ। ਫਿਰ ਇਹਨਾਂ ਦਾ ਮਰਾਠੀ 'ਚ ਵੀ ਅਨੁਵਾਦ ਹੋਇਆ, ਹਿੰਦੀ 'ਚ ਵੀ ਹੋਇਆ, ਹੁਣ ਤਾਂ ਬਹੁਤ ਲੈਂਗੁਏਜ 'ਚ ਅਨੁਵਾਦ ਆ ਜੀ ਔਰ ਉਹ ਇਹ ਹੋ ਰਿਹਾ ਜਾਣੀ ਜੀ। ਅੱਛਾ, ਇਹਨਾਂ ਕਿਤਾਬਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕੀ ਕਮੀ ਹੈ, ਇਹਦੇ 'ਤੇ ਚਾਨਣਾ ਪਾਉਂਗੇ? ਦੇਖੋ, ਬੜੀ ਤਾਂ ਗੱਲ ਇਹ ਹੈਗੀ ਆ ਵੀ ਜਿਹੜੇ ਰਾਜਨੀਤੀ ਆ ਜੀ ਉਹ ਇੱਕ ਅਲੱਗ ਖੇਤਰ ਆ ਜੀ, ਜਿਹੜੀ ਪੋਲੀਟੀਕਲ ਪਾਵਰ ਆ ਉਹਨਾਂ ਲੋਕਾਂ ਕੋਲ ਆ ਜਿਹੜੇ ਇਹਨਾਂ ਕਿਤਾਬਾਂ ਦੇ ਵਿਰੁੱਧ ਆ ਜੀ, ਚਾਹੇ ਉਹ ਕਾਂਗਰਸ ਸਰਕਾਰ ਸੀ ਚਾਹੇ ਹੁਣ ਦੀ ਹੈ ਜੀ। ਉਹ ਜਾਣੀ ਜਿਹੜਾ ਵੀ ਬੰਦਿਆਂ ਨੂੰ ਅੱਗੇ ਲਿਜਾਂਦੀ ਆ ਉਹਨਾਂ ਤੋਂ ਇਹ ਪਲੈਜ ਲੈਂਦੇ ਆ ਵੀ ਤੁਸੀਂ ਇਹ ਕਿਤਾਬਾਂ ਨਹੀਂ ਪੜ੍ਹਨੀਆਂ ਜੀ, ਵੀ ਇਹ ਤੁਸੀਂ ਹੋਰ ਕੋਈ ਕੰਮ ਕਰੋ, ਇਹ ਜਿਹੜਾ ਕਿਤਾਬਾਂ ਬਾਰੇ ਨਾ ਕਰੋ ਜੀ। ਇਸ ਕਰਕੇ ਜਾਣੀ ਬਾਬਾ ਸਾਹਿਬ ਜਿਹੜੇ ਮਾਨਵਰ ਕਾਂਸ਼ੀ ਰਾਮ ਕਹਿੰਦੇ ਸੀ ਵੀ ਪੋਲੀਟੀਕਲ ਪਾਵਰ ਲਓ ਜੀ, ਵੀ ਜੇ ਤੁਹਾਡਾ ਆਪਣਾ ਫਿਰ ਤੁਹਾਨੂੰ ਕੌਣ ਰੋਕ ਸਕਦਾ ਜੀ। ਹੁਣ ਤੁਸੀਂ ਦੇਖੋ ਵੀ ਇਹ ਤਾਂ ਕਿਤਾਬਾਂ ਜਾਣੀ ਇਹ ਤਾਂ ਸਿਲੇਬਸ 'ਚ ਲੱਗਣੀਆਂ ਚਾਹੀਦੀਆਂ ਜੀ, ਉਹ ਆਪਣੀ ਮਰਜ਼ੀ ਨਾਲ ਉੱਦਾਂ ਦੀਆਂ ਕਲਾਉਣੀਆਂ ਜਿਹੜੀਆਂ ਜੋਤਿਸ਼ ਵਾਲੀਆਂ ਹੋ ਰਿਹਾ ਜੀ। ਇਸ ਕਰਕੇ ਜਾਣੀ ਮਤਲਬ ਇੱਕ ਜਿਹੜੀਆਂ ਕਿਤਾਬਾਂ 'ਚ ਕਮੀ ਇਹ ਆ ਵੀ ਜਿਹੜੀ ਸੱਤਾ ਉਹਨਾਂ ਲੋਕਾਂ ਕੋਲ ਹੈ ਜੀ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਰਾਜ ਤਬਦੀਲੀ ਆਈ ਸੀ ਜੀ, ਉੱਥੇ ਬਹੁਤ ਚੰਗਾ ਕੰਮ ਹੋਇਆ ਜੀ, ਉੱਥੇ ਜਾਣੀ ਕਿਤਾਬਾਂ ਇੰਨੀਆਂ ਲੋਕਾਂ ਨੇ ਪੜ੍ਹੀਆਂ ਜ਼ਿਆਦਾ ਹੋਇਆ ਜਾਣੀ। ਇਸ ਕਰਕੇ ਸੱਤਾ ਜ਼ਰੂਰ ਹੋਣੀ ਚਾਹੀਦੀ ਕੋਲ। ਅੱਛਾ, ਇਹ ਕਿਤਾਬਾਂ ਭਾਰਤ ਨੂੰ ਇੱਕ ਰਾਸ਼ਟਰ ਬਣਨ ਵਿੱਚ ਕਿਵੇਂ ਸਹਾਈ ਹੋ ਸਕਦੀਆਂ? ਦੇਖੋ, ਪਹਿਲਾਂ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਆ ਵੀ ਜਿਹੜਾ ਹਿੰਦੂ ਧਰਮ ਆ ਜੀ, ਚਾਹੇ ਇਹਨੂੰ ਹਿੰਦੂ ਤਵ ਕਹਿ ਲਓ ਜੀ, ਵੈਦਿਕ ਸੰਸਕ੍ਰਿਤੀ ਕਹਿ ਲਓ, ਮਨੋਵਾਦ ਕਹਿ ਲਓ, ਬ੍ਰਾਹਮਣਵਾਦ ਕਹਿ ਦੇ, ਉਹਨੇ ਤਾਂ ਮੁਲਕ ਨੂੰ ਰਾਸ਼ਟਰ ਨਹੀਂ ਬਣਨ ਦਿੱਤਾ ਜੀ, ਉਹਨੀ ਵਰਣ ਬਣਾਏ, ਜਾਤਾਂ ਬਣਾਤੀਆਂ ਜੀ। ਇਸ ਕਰਕੇ ਜਾਣੀ ਇਹ ਕਿਤਾਬਾਂ ਲੋਕਾਂ ਨੂੰ ਸਮਝਾਉਂਦੀਆਂ ਜੀ, ਸਮਾਜ ਨੂੰ ਜੋੜਦੀਆਂ ਜੀ। ਹੁਣ ਤੁਸੀਂ ਦੇਖੋ ਵੀ ਉਹਨਾਂ ਕਿਤਾਬਾਂ ਦੇ ਵਿੱਚ ਵੀ ਜਾਤ ਪਾਤ ਦਾ ਬੀਜ ਨਾਸ਼ ਜੀ,
ਹੋਰ ਕੋਈ ਕਹਿੰਦਾ ਵੀ ਬੀਜ ਨਾਸ਼ ਹੋਵੇ ਜੀ? ਉਹ ਤਾਂ ਕਹਿੰਦੇ ਆ ਵੀ ਅਸੀਂ ਤਾਂ ਸਾਨੂੰ ਤਾਂ ਮਾਣ ਆ ਵੀ ਅਸੀਂ ਉੱਚੇ ਹਾਂ ਜੀ। ਇਸ ਕਰਕੇ ਜਾਣੀਏ ਇਹ ਭਾਰਤ ਦਾ ਰਾਸ਼ਟਰ ਬਣਨ ਲਈ ਜਿਹੜੇ ਵਰਣ ਤਾਂ ਜਾਤਾਂ ਦਾ ਬੀਜ ਨਾਸ਼ ਹੋਣਾ ਚਾਹੀਦਾ ਜੀ। ਜਿਹੜੇ ਸਿੱਖ ਗੁਰੂਆਂ ਨੇ ਵੀ ਇਹੀ ਕਿਹਾ ਸੀ ਜੀ, ਬੁੱਧ ਨੇ ਵੀ ਇਹੀ ਕਿਹਾ ਸੀ ਜੀ। ਪਰ ਵੱਡੀ ਤਾਂ ਗੱਲ ਆ ਵੀ ਇਸ ਕਰਕੇ ਜ਼ਰੂਰੀ ਆ ਵੀ ਇਹਨਾਂ ਨੂੰ ਪੜ੍ਹਨ ਦੇ ਨਾਲ ਹੀ ਹੋਣਾ ਹੈ ਜੀ। ਅੱਛਾ, ਇਹ ਕਿਤਾਬਾਂ ਭਾਰਤ ਨੂੰ ਕਿਵੇਂ ਅੰਧ ਵਿਸ਼ਵਾਸ ਮੁਕਤ ਦੇਸ਼ ਬਣਨ ਲਈ ਬਣਨ ਵਿੱਚ ਸਹਾਈ ਹੋ ਸਕਦੀਆਂ? ਦੇਖੋ, ਜਿੱਦਾਂ ਆਪਾਂ ਰਿਡਲਸ ਐਂਡ ਹਿੰਦੂਇਜ਼ਮ ਦਾ ਜ਼ਿਕਰ ਕੀਤਾ, ਉਹ ਵੀ ਜਿਹੜੇ 33 ਕਰੋੜ ਦੇਵੀ ਦੇਵਤੇ ਜੀ, ਪੁਨਰ ਜਨਮ ਜੀ, ਜੋਤਿਸ਼ ਜੀ, ਇਹ ਸਾਰਾ ਅੰਧ ਵਿਸ਼ਵਾਸ ਹੈ ਜੀ। ਕਿਉਂਕਿ ਉਹ ਜਿਸ ਵੇਲੇ ਉਹ ਲੋਕ ਪੜ੍ਹਦੇ ਆ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਤਾਂ ਅੰਧ ਉੱਦਾਂ ਹੀ ਹੈ ਜੀ। ਲੋਕਾਂ ਨੂੰ ਦੱਸਿਆ ਜਾਂਦਾ ਵੀ ਤੁਹਾਡੀ ਇਸ ਜਨਮ ਤਾਂ ਛੁਟਕਾਰਾ ਹੋਣਾ ਹੀ ਨਹੀਂ, ਅਗਲੇ 'ਚ ਹੀ ਹੋਣਾ ਜੀ। ਇਹ ਤਾਂ ਬਹੁਤ ਮਾੜੀਆਂ ਗੱਲਾਂ। ਅਤੇ ਦੇਖੋ, ਜੋਤਿਸ਼ ਇੰਨਾ ਉੱਥੇ ਧੰਦਾ ਚੱਲਿਆ, ਅਸਾਧ ਬਾਬੇ ਜੀ, ਇਹ ਤਦੇ ਹੋ ਸਕਦਾ ਵੀ ਲੋਕਾਂ ਨੂੰ ਮਤਲਬ ਅੰਧ ਵਿਸ਼ਵਾਸ ਮੁਕਤ ਕੀਤਾ ਜਾਵੇ ਜੀ। ਇਹ ਬਾਬਾ ਸਾਹਿਬ ਕਰਕੇ ਹੋਇਆ ਜੀ, ਕਿਉਂਕਿ ਉਹ ਖੁਦ ਰੈਸ਼ਨਿਸਟ ਸੀ ਜੀ, ਉਹ ਹਿਊਮਨਿਸਟ ਸੀਗੇ ਜੀ। ਜਾਣੀ ਮਤਲਬ ਇਹ ਦੇਖੋ ਵੀ ਇਹ ਵੀ ਜਾਣਨਾ ਚਾਹੀਦਾ ਵੀ ਕੋਈ ਹੋਰ ਹੋਇਆ ਇੱਦਾਂ ਜੀ? ਕੋਈ ਬੰਦਾ ਇੱਦਾਂ ਦੀ ਰਿਡਲਸ ਐਂਡ ਹਿੰਦੂਇਜ਼ਮ ਬਾਰੇ ਕਿਤਾਬ ਲਿਖ ਸਕਦਾ? ਲੋਕ ਤਾਂ ਡਰਦੇ ਆ ਉੱਥੇ ਜੀ। ਅੱਛਾ, ਇਹ ਕਿਤਾਬਾਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਨ ਤੋਂ ਕਿਵੇਂ ਰੋਕ ਸਕਦੀਆਂ? ਦੇਖੋ, ਜਿਹੜੀ ਹਿੰਦੂ ਰਾਸ਼ਟਰ ਜਾਂ ਰਾਮ ਰਾਜ ਦੀ ਗੱਲ ਆ ਜੀ, ਗਾਂਧੀ ਨੇ ਰਾਮ ਰਾਜ ਦੀ ਗੱਲ ਕੀਤੀ ਹੈ ਜੀ, ਪਰ ਉਹਨੂੰ ਇਹਨੂੰ ਕਲੀਅਰ ਨਹੀਂ ਕੀਤਾ ਜੀ ਵੀ ਤੂੰ ਰਾਮ ਰਾਜ ਚਾਹੁੰਦਾ ਵੀ ਉਹ ਲੋਕਤੰਤਰ ਦੇ ਵਿੱਚ ਉਹ ਜਿਹੜਾ ਰਾਮ ਸੀਗਾ ਉਹ ਤਾਂ ਖੁਦ ਲੋਕਤੰਤਰ ਦੇ ਵਿਰੁੱਧ ਸੀ ਜੀ। ਹੁਣ ਤਾਂ ਆਪਣੀ ਘਰਵਾਲੀ ਨੇ ਇਨਸਾਫ ਨਹੀਂ ਕੀਤਾ, ਹੁਣ ਤਾਂ ਚੰਬੂਕ ਦਾ ਕਤਲ ਕੀਤਾ। ਫਿਰ ਦੂਸਰੇ ਪਾਸੇ ਜਿਹੜਾ RSS ਕਹਿੰਦੀ ਆ ਵੀ ਹਿੰਦੂ ਰਾਸ਼ਟਰ ਬਣਾਉਣਾ, ਉਹ ਚਾਹੁੰਦੇ ਆ ਵੀ ਵਰਣ ਵੀ ਰਹਿਣ, ਜਾਤਾਂ ਵੀ ਰਹਿਣ, ਮਨੂ ਸਮ੍ਰਿਤੀ ਨੂੰ ਲਿਆਉਣਾ ਚਾਹੁੰਦੇ ਆ ਜੀ। ਤੁਸੀਂ ਦੇਖੋ ਵੀ ਉਹ ਮਨੂ ਸਮ੍ਰਿਤੀ ਤਾਂ ਲੋਕਤੰਤਰ ਦੇ ਵਿਰੁੱਧ ਆ ਜੀ। ਇਸ ਕਰਕੇ ਜਿਹੜੀਆਂ ਇਹੀ ਕਿਤਾਬਾਂ ਜਿਹੜੀਆਂ ਇਹ ਸਹੀ ਆ। ਹਾਂਜੀ ਸਰ, ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਕੰਸ਼ੀ ਟੈਲੀਵਿਜ਼ਨ ਦੇ ਉੱਤੇ ਤਾਂ ਆਪਣਾ ਪ੍ਰੋਗਰਾਮ ਖਤਮ ਹੋ ਗਿਆ ਜੀ ਟਾਈਮਿੰਗ ਦੇ ਹਿਸਾਬ ਦੇ ਨਾਲ, ਲੇਕਿਨ ਯੂਟਿਊਬ ਦੇ ਉੱਤੇ ਇਹ ਪੂਰਾ ਹੋ ਗਿਆ। ਸੋ ਮੈਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੇ ਸੁਚੱਜੇ ਤਰੀਕੇ ਦੇ ਨਾਲ ਜਿਹੜੀਆਂ ਬਾਬਾ ਸਾਹਿਬ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਆ ਉਹਨਾਂ 'ਤੇ ਚਰਚਾ ਕੀਤੀ ਆ, ਜੋ ਕਿ ਦਰਸ਼ਕਾਂ ਨੂੰ ਇਸ ਦੇ ਵਿੱਚੋਂ ਬਹੁਤ ਗਿਆਨ ਮਿਲੇਗਾ। ਨਮੋ ਬੁੱਧਾ ਜੈ ਭੀਮ।